ਗੁੱਸਾ ਇੱਕ ਐਸਾ ਜਜ਼ਬਾ ਹੈ ਜਿਸ ਦਾ ਜ਼ਿਕਰ ਸਾਡੇ ਗ੍ਰੰਥਾਂ ਸਾਡੇ ਵੇਦਾਂ ਦੇ ਵਿੱਚ ਵੀ ਆਉਂਦਾ ਹੈ ਗੁੱਸਾ ਜਿਹੜਾ ਐਂਗਰ ਹੈ ਤੁਹਾਡੀ ਕਾਮਨ ਸੈਂਸ ਨੂੰ ਟੇਕਓਵਰ ਕਰ ਲੈਂਦਾ ਹੈ ਸੋ ਆਦਮੀ ਨੂੰ ਇੱਕ ਹੀ ਭਾਵਨਾਵਾਂ ਦਿੱਤੀ ਵੀ ਆ ਵੀ ਤੂੰ ਇਹ ਦੁਨੀਆ ਨੂੰ ਦਿਖਾ ਸਕਦਾ ਤੇ ਦੁਨੀਆ ਤੈਨੂੰ ਕਮਜ਼ੋਰ ਨਹੀਂ ਸਮਝੂਗੀ ਇੱਟਨ ਲੱਗ ਜਾ ਕੇ ਉਸ ਦੂਸਰੇ ਆਦਮੀ ਨੂੰ ਇਹ ਨਹੀਂ ਕਹੇਗਾ ਦੇਖ ਤੂੰ ਮੇਰਾ ਦਿਲ ਤੋੜਿਆ ਔਰ ਮੈਂ ਬਹੁਤ ਦੁਖੀ ਹਾਂ ਇਸ ਕਰ ਤੂੰ ਮੈਂ ਰਾਤ ਰੋਂਦਾ ਰਿਹਾ ਮੈਂ ਸੌ ਨਹੀਂ ਸਕਿਆ ਮੇਰੀ ਨੀਂਦ ਜਾਂਦੀ ਰਹੀ ਵਿੱਚ ਵਿੱਚ ਜਦ ਤੱਕ ਕਦੇ ਉਹਨਾਂ ਨੂੰ ਹੌਲ ਉੱਠਦਾ ਕਿਰਨੇ ਵੀ ਪਾਉਣਾ ਫੇਰ ਕਰਦੀਆਂ ਉੱਚੀ ਉੱਚੀ ਗਾ ਕੇ ਵੀ ਉਹ ਐਕਸਪ੍ਰੈਸ ਕਰਨ ਐਗਜ਼ੈਕਟਲੀ ਇੱਕ ਆਪ ਦੇ ਅੰਦਰ ਉਹਦੇ ਹੋ ਰਿਹਾ ਜੋ ਚੀਜ਼ਾਂ ਵੀ ਤੂੰ ਟੁੱਟਿਆ ਵਿਆ ਵਾ ਇਹ ਸੰਕੇਤ ਆ ਗੁੱਸਾ ਵੀ ਤੇਰੀ ਬਾਉਂਡਰੀ ਟੁੱਟੀ ਆ ਸੰਕੇਤ ਆ ਗੁੱਸਾ ਤੇ ਜੇ ਹੁਣ ਇਹ ਸੰਕੇਤ ਨੂੰ ਅਸੀਂ ਨਹੀਂ ਲਵਾਂਗੇ ਜਿਵੇਂ ਸਰੀਰ ਨੂੰ ਸਾਨੂੰ ਬਿਮਾਰੀ ਹੋਵੇ ਜੇ ਤੇ ਅਸੀਂ ਸਿੰਪਟਮ ਨੂੰ ਰੈਕੋਗਨਾਈਜ਼ ਹੀ ਨਾ ਕਰੀਏ ਤੇ ਬਿਮਾਰੀ ਨਹੀਂ ਵਧਣਾ ਵਾ ਤੁਸੀਂ ਸ਼ਾਮਿਲ ਹੋ ਦਹਰਜਿੰਦਰ ਥਿੰਸ ਸ਼ੋਅ ਵਿੱਚ ਅੱਜ ਜਿਹੜੀ ਗੱਲਬਾਤ ਚਲਣੀ ਹੈ ਉਹ ਗੁੱਸੇ ਬਾਰੇ ਚੱਲੇਗੀ ਗੁੱਸਾ ਇੱਕ ਐਸਾ ਜਜ਼ਬਾ ਹੈ ਜਿਸ ਦਾ ਜ਼ਿਕਰ ਸਾਡੇ ਗ੍ਰੰਥਾਂ ਸਾਡੇ ਵੇਦਾਂ ਦੇ ਵਿੱਚ ਵੀ ਆਉਂਦਾ ਹੈ ਗੁੱਸਾ ਜਿਹੜਾ ਜਦੋਂ ਲੋਕਾਂ ਨੂੰ ਚੜਦਾ ਹੈ ਤਾਂ ਉਹ ਆਪਣੀ ਸੁਧ-ਬੁੱਧ ਖੋ ਬੈਠਦੇ ਨੇ ਗੁੱਸਾ ਜਿਹੜਾ ਐਂਗਰ ਹੈ ਤੁਹਾਡੀ ਕਾਮਨ ਸੈਂਸ ਨੂੰ ਟੇਕਓਵਰ ਕਰ ਲੈਂਦਾ ਹੈ ਔਰ ਉਸ ਤੋਂ ਬਾਅਦ ਤੇਈ ਮਨੁੱਖ ਇਸ ਤਰ੍ਹਾਂ ਦੇ ਫੈਸਲੇ ਕਰਦੇ ਨੇ ਜਿਹੜੇ ਆਪਣੇ ਗੁੱਸੇ ਨੂੰ ਮੈਨੇਜ ਨਹੀਂ ਕਰ ਸਕਦੇ ਜਿੰਨਾ ਤੇ ਕਈਆਂ ਨੂੰ ਬਾਅਦ ਵਿੱਚ ਪਛਤਾਵਾ ਵੀ ਹੁੰਦਾ ਸਾਡੀ ਸੋਸਾਇਟੀ ਦੇ ਵਿੱਚ ਵੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਬਖੇੜੇ ਖੜੇ ਕਰ ਦਿੰਦੇ ਨੇ ਜਿਸ ਦੇ ਨਾਲ ਇਹ ਸੱਭਿਕ ਸੋਸਾਇਟੀ ਜਿਹੜੀ ਸਾਡੀ ਸਿਵਲਾਈਜ਼ਡ ਸੋਸਾਇਟੀ ਆ ਉਹ ਨਹੀਂ ਸਿਵਲਾਈਜ਼ਡ ਨਹੀਂ ਰਹਿਦੀ ਸੋ ਇਸ ਕਰਕੇ ਮਰਦ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਬਾਇਓਲੋਜੀਕਲੀ ਟੈਸਟੋਸਟੇਰੋਨ ਵੀ ਹੈ ਔਰ ਉਹਨਾਂ ਦੇ ਐਂਗਰ ਦੇ ਮੁਤਲਕ ਬਹੁਤ ਸਾਰੇ ਚਰਚੇ ਨੇ ਔਰ ਬਹੁਤ ਲੰਬੇ ਸਮੇਂ ਤੋਂ ਜਿਹੜੇ ਮਰਦ ਆਪਣਾ ਗੁੱਸਾ ਕਾਬੂ ਨਹੀਂ ਕਰ ਸਕਦੇ ਉਹਨਾਂ ਨੇ ਬਹੁਤ ਇਸ ਤਰ੍ਹਾਂ ਦੇ ਟਾਂਟੇ ਖੜੇ ਕੀਤੇ ਜਿਹੜੇ ਸੋਸਾਇਟੀ ਲਈ ਨਿਜਠਣੇ ਬੜੇ ਮੁਸ਼ਕਲ ਹੋ ਰਹੇ ਹਨ ਸੋ ਅੱਜ ਸਾਡੇ ਮਨੋਵਿਗਿਆਨਕ ਕਾਉਂਸਲਰ ਪੁਲਵਿੰਦਰ ਕੁਰਗਿਲ ਜੀ ਇਸ ਕੁਸੇ ਬਾਰੇ ਗੱਲਬਾਤ ਕਰਨਗੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਜਾਂ ਪ੍ਰिवेंट ਕੀਤਾ ਜਾ ਸਕਦਾ ਹੈ ਜਾਂ ਇਸਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ ਇਹਦੀਆਂ ਟਿਪਸ ਵੀ ਉਹ ਇਸ ਸੈਗਮੈਂਟ ਦੇ ਅਖੀਰ ਦੇ ਵਿੱਚ ਦੇਣਗੇ ਆਪ ਬਲਵਿੰਦਰ ਕੁਰਗਿਲ ਜੀ ਜੀ ਹਨ ਤੁਹਾਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਆਇਓ ਸਤਿ ਸ਼੍ਰੀ ਅਕਾਲ ਥੈਂਕ ਯੂ ਮਿਸਟਰ ਥਿੰਨ ਸੋ ਇਨ ਦਾ ਸੁਪੇਲੰਦਨ ਗੁੱਸੇ ਵਰ ਜਨਰਲ ਦਾ ਸੋਏ ਐਂਗਰ ਦੀ ਜਿਹੜੀ ਫੀਲਿੰਗ ਆ ਹਾਂਜੀ ਇਹ ਮਨੁੱਖਾਂ ਦੇ ਵਿੱਚ ਕਦੋਂ ਤੇ ਕਿਉਂ ਆਉਂਦੀ ਹੈ ਫਿਰ ਉਸ ਤੋਂ ਬਾਅਦ ਮਰਦਾਂ ਦੇ ਵਿੱਚ ਜਿਹੜਾ ਇਹ ਗੁੱਸਾ ਕਿਵੇਂ ਵੱਖਰਾ ਬਾਕੀਆਂ ਨਾਲ ਹਾਂਜੀ ਮਿਸਟਰ ਥਿੰਨ ਜੇ ਅਸੀਂ ਯੂ نو ਆਮ ਮੈਂ ਵੇਖਿਆਗਾ ਕਿ ਅੱਜ ਜੀ ਮੈਂ ਆਪ ਆਦਮੀਆਂ ਦੀ ਗੱਲ ਕਰਨੀ ਆ ਆ ਸੋ ਜਿਵੇਂ ਆਮ ਆਪਾ ਆਦਮੀਆਂ ਨੂੰ ਕਈ ਵਾਰ ਕਹਿੰਦੇ ਨਾ ਕਿ ਭਾਵਕ ਤੇ ਆਦਮੀਆਂ ਅਕਸਰ ਕਹਿੰਗੇ ਨਹੀਂ ਮੈਨੂੰ ਨਹੀਂ ਭਾਵਨਾਵਾਂ ਕੋਈ ਆਉਂਦੀ ਮੈਨੂੰ ਗੁੱਸਾ ਕਦੇ ਨਹੀਂ ਆਉਂਦਾ ਮੈਨੂੰ ਨਹੀਂ ਕੋਈ ਮਹਿਸੂਸ ਹੁੰਦਾ ਤੇ ਅਕਸਰ ਜਦੋਂ ਮੇਰੇ ਕਲਾਇੰਟ ਮੇਰੇ ਕੋਲ ਆ ਕੇ ਕਹਿੰਦੇ ਤਾਂ ਮੈਂ ਤੁਹਾਨੂੰ ਮੈਂ ਉਹਨਾਂ ਨੂੰ ਕਹਿੰਨੀ ਨਹੀਂ ਤੁਸੀਂ ਹੁਣੇ ਮਹਿਸੂਸ ਕਰ ਰਹੇ ਹੋ ਜਦੋਂ ਤੁਸੀਂ ਕਹਿ ਰਹੇ ਹੋ ਨਾ ਮੈਨੂੰ ਗੁੱਸਾ ਨਹੀਂ ਆਉਂਦਾ ਭਾਵਨਾਵਾਂ ਹੁਣੇ ਵੀ ਵਿੱਚ ਆ ਤੁਹਾਡੇ ਸੋ ਪਹਿਲਾਂ ਤਾਂ ਸਾਨੂੰ ਇਸ ਦੁਨੀਆ ਦੇ ਵਿੱਚ ਇੱਕ ਆਦਮੀ ਨੂੰ ਇਹ ਚੀਜ਼ ਨੂੰ ਐਕਸੈਪਟ ਕਰਨਾ ਪਊਗਾ ਉਹ ਕਹਿੰਦੇ ਕਿ ਆਪਾਂ ਭਾਵਕ ਇਨਸਾਨ ਆ ਤੇ ਕਿਤੇ ਕਿਤੇ ਆਪਾਂ ਸੋਚਦੇ ਹਾਂ ਵਿੱਚ ਵਿੱਚ Hmm. you know we are not logical beings we are emotional beings that sometime think hmm. so sipavuk insana vich vicho kithe asi sochde saada sahi dimag de vicho asi socha undiyan so pehla ta sanu eh janana ga ki aksar jivein tusi aadmiyan da gussa dekheya va kise da pa kehna na kise vich gussa bahut aa daro gusse to aksar asi dardde rahe aan aadmiyan de gusse to ਅਨ ਜਿੰਨਾ ਸੀ ਡਰਾਂਗੇ ਉਹਨਾਂ ਇਸ ਚੀਜ਼ ਨੂੰ ਅਸੀਂ ਸੋਲਵ ਨਹੀਂ ਕਰ ਸਕਾਂਗੇ ਸੋ ਹੁਣ ਅਸੀਂ ਕੋਸ਼ਿਸ਼ ਕਰਾਂਗੇ ਸੈਸ਼ਨ ਦੇ ਥਰੂ ਕਿ ਅਸੀਂ ਉਸ ਗੁੱਸੇ ਨੂੰ ਸਮਝੀਏ ਰਾਦਰਦਨ ਨੂੰ ਤੋਂ ਡਰੀਏ ਇਸ ਗੁੱਸੇ ਕਰਕੇ ਬਲਵੰਦਰ ਜੀ ਜੇਲਾਂ ਭਰੀਆਂ ਪਈਆਂ ਨੇ ਜੀ ਜੀ ਸੋ ਅਸੀਂ ਵੇਖਣਾ ਵੀ ਜਿਹੜਾ ਆਦਮੀਆਂ ਦੇ ਵਿੱਚ ਜਿਵੇਂ ਆਪਾਂ ਆਫੇਅਰ ਵੀ ਗੱਲ ਕਰ ਰਹੇ ਸੀਗੇ ਕਿ ਆਦਮੀਆਂ ਦੇ ਵਿੱਚ ਜਿਹੜਾ ਗੁੱਸਾ ਵਾ ਵਾਇਲੈਂਸ ਆ ਜਿਵੇਂ ਯੂ نو ਮੈਂ ਅਕਸਰ ਡੋਮੈਸਟਿਕ ਵਾਇਲੈਂਸ 'ਤੇ ਕੰਮ ਕਰਦੀ ਆ ਤੇ ਉਹ ਜਦੋਂ ਕਰੇ ਲੜਾਈ ਵੀ ਹੁੰਦੀ ਤੇ ਆਦਮੀ ਨੂੰ ਲੈ ਕੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਡਰ ਆ ਵੀ ਆਦਮੀ ਵਾਇਲੈਂਸ ਕਿਤੇ ਜ਼ਿਆਦਾ ਕਰ ਸਕਦਾ ਔਰਤ ਦੇ ਨਾਲ ਉਹ ਆਦਮੀ ਦਾ ਜਿਹੜਾ ਗੁੱਸਾ ਔਰਤ ਦੇ ਨਾਲ ਉਹ ਕਿਤੇ ਭੈੜਾ ਵਾ ਯੂ نو ਸੋ ਇਸ ਗ੍ਰੀ ਵੀ ਹੀ ਦੱਸਦੇ ਆ ਜੀ ਹਾਂ ਅੰਕੜੇ ਵੀ ਇਹੀ ਦੱਸਦੇ ਆ ਸੋ ਅਸੀਂ ਇਹ ਵੇਖਣਾ ਵਾ ਕਿ ਜਿਹੜਾ ਆਦਮੀ ਦਾ ਗੁੱਸਾ ਵਾ ਉਹ ਇੰਨਾ ਖਤਰਨਾਕ ਕਿਉਂ ਆ ਸੋ ਪਹਿਲਾਂ ਤਾਂ ਮਿਸਟਰ ਥੀਨ ਜਿਹੜੀ ਕੋਈ ਵੀ ਸਾਡੇ ਚ ਭਾਵਨਾ ਇੱਕ ਨੈਚੁਰਲ ਕੁਦਰਤ ਨੇ ਪਾਈ ਵੀ ਨਾ ਕੋਈ ਉਹਦਾ ਕੋਈ ਉਹਦਾ ਕੋਈ ਮਕਸਦ ਆ ਹਾਂਜੀ ਜਿਵੇਂ ਫੋਰ ਐਗਜ਼ਾਮਪਲ ਇੱਕ ਨਾਇਫਾ ਤੁਸੀਂ ਉਹਨੂੰ ਕਿਸੇ ਵੀ ਤਰੀਕੇ ਨਾਲ ਵਰਤ ਲਓ ਹੂੰ ਇਵੇਂ ਗੁੱਸਾਵਾ ਜੇ ਤੁਸੀਂ ਨਾਈਫ ਕਿਸੇ ਨੂੰ ਮਾਰਨ ਲਈ ਵਰਤ ਲਓਗੇ ਤਾਂ ਬਹੁਤ ਕਹਿਰ ਕਰ ਸਕਦੇ ਹੋ ਤੁਸੀਂ ਤੇ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਨਾਈਫ ਮਾਰਾ ਵਾ ਅਸੀਂ ਕਹਿ ਸਕਦੇ ਹਾਂ ਵੀ ਸਾਡਾ ਵਰਤਨ ਦਾ ਤਰੀਕਾ ਅਨ ਹੈਲਥੀ ਰਸੋਈ ਚੋ ਹੀ ਨਾਈਫ ਦੇ ਕਿੰਨੇ ਕੰਮ ਆਉਂਦਾ ਕਿੰਨੇ ਕੰਮ ਆਉਂਦਾ ਮੈਨੂੰ ਉਹ ਤੋਂ ਬਿਨਾ ਸਾਡੀ ਲਾਈਫ ਵੀ ਡਿਸਫੰਕਸ਼ਨਲ ਆ ਕੇ ਵਾਰ ਜੀਵਨ ਬਚਾ ਵੀ ਦਿੰਦਾ ਚਾਰ ਬਚਾ ਵੀ ਦਿੰਦਾ ਸੋ ਇਹ ਅਸੀਂ ਦੇਖਣਾ ਵਾ ਕਿ ਜਿਹੜਾ ਗੁੱਸਾ ਵਾ ਇਸ ਗੁੱਸੇ ਦੇ ਥੱਲੇ ਕੀ ਐ ਸੋ ਇਹਨੂੰ ਗੁੱਸੇ ਨੂੰ ਅਸੀਂ ਮਿਸਟਰਨ ਸਾਈਕੋਲੋਜੀ ਕਪ ਸੈਕੰਡਰੀ ਇਮੋਸ਼ਨ ਆ ਇਹਦਾ ਮਤਲਬ ਹੈ ਵੀ ਗੁੱਸਾ ਇੱਕ ਉੱਪਰ ਟੋਪੀ ਆ ਤੇ ਉਹਦੇ ਥੱਲੇ ਕਾਫੀ ਹੋਰ ਭਾਵਨਾਵਾਂ ਜਿਹੜੀਆਂ ਆਦਮੀ ਆਮ ਐਕਸਪ੍ਰੈਸ ਨਹੀਂ ਕਰਦੇ ਅੱਛਾ ਜੀ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਕਿ ਮੇਰੇ ਕੋ ਕੋਲੈਂਟ ਆਇਆ ਤੇ ਉਹਨਾਂ ਦੀ ਉਹਨਾਂ ਦੇ ਉਹਨਾਂ ਦੀ ਵਾਈਫ ਨੇ ਪੁਲਿਸ ਕਾਲ ਕਰਤੀ ਤੇ ਉਹ ਬੜੇ ਗੁੱਸੇ ਦੇ ਵਿੱਚ ਉਹ ਕਹਿੰਦੇ ਮੈਂ ਬਦਲਾ ਲੈਣਾ ਮੈਂ ਬਦਲਾ ਲੈਣਾ ਆਪਦੀ ਯੂ ਨੋ ਆਫ ਦਿ ਇਨਲੌਸ ਤੋਂ ਵੀ ਮੈਂ ਬਦਲਾ ਲੈਣਾ ਜਿਨ੍ਹਾਂ ਨੇ ਮੇਰੀ ਵਾਈਫ ਨੂੰ ਐਂ ਪਰਕਾਇਆ ਵਾ ਮੈਂ ਬਦਲਾ ਲੈਣਾ ਵਾ ਮੈਂ ਮੈਨੂੰ ਬਹੁਤ ਗੁੱਸਾ ਵਾ ਮੈਂ ਉਹ ਮੇਰੇ ਕਿੰਨੇ ਮਰਜੀ ਪੈਸੇ ਲੱਗ ਜਾਣ ਮੈਂ ਉਹਨਾਂ ਤੋਂ ਬਦਲਾ ਲੈਣਾ ਹੂੰ ਤੇ ਮੈਂ ਉਹਨਾਂ ਦੀ ਗੱਲ ਸੁਣ ਰਹੀ ਸੀ ਤੇ ਥੱਲੇ ਅਸਲੀ ਮੈਂ ਉਹਨਾਂ ਨੂੰ ਅਸੀਂ ਜਦੋਂ ਸੈਸ਼ਨ ਦੇ ਥਰੂ ਮੈਂ ਉਹਨਾਂ ਨੂੰ ਪੁੱਛਿਆ ਥੱਲੇ ਉਹ ਇਕੱਲਾਪਨ ਮਹਿਸੂਸ ਕਰ ਰਹੀ ਸੀ ਹੂੰ ਤੁਸੀਂ ਦੇਖੋ ਇਸ ਗੁੱਸੇ ਦੇ ਥੱਲੇ ਆਪਦੀ ਵਾਈਫ ਨੂੰ ਮਿਸ ਕਰ ਰਹੀ ਸੀ ਅੱਛਾ ਮੈਂ ਜਦੋਂ ਸੀ ਕਹਿੰਦੀ ਸੀ ਕਿ ਸਦੋ ਬਦਲਾ ਲੈਣਾ ਵਾ ਆਦਮੀ ਕਹਿੰਦਾ ਪਰ ਇਹ ਆਦਮੀ ਲਈ ਕਹਿਣਾ ਜਿਵੇਂ ਸਾਰੇ ਉਹਦੇ ਪਰਿਵਾਰ ਦੇ ਬੈਠੇ ਹੋ ਕਹਿੰਦੇ ਇਹ ਕਹਿਣਾ ਤਾਂ ਬੜਾ ਸੌਖਾ ਵਾ ਵੀ ਮੈਂ ਬਦਲਾ ਲੈਣਾ ਵਾ ਮੈਂ ਉਹਨਾਂ ਨੂੰ ਮੈਂ ਮੈਂ ਮੇਰੇ ਜਿੰਨੇ ਮਰਜੀ ਪੈਸੇ ਲੈਣ ਮੈਂ ਉਹਨਾਂ ਨੂੰ ਵੀ ਪੁਲਿਸ ਦੇ ਚ ਕੋਣਾ ਮੈਂ ਉਹਨਾਂ ਨੂੰ ਵੀ ਕਰਨਾ ਇਹ ਕਹਿਣਾ ਤਾਂ ਕਹਿੰਦਾ ਸੌਖਾ ਵਾ ਤੇ ਲੋਕ ਮੇਰੀ ਕਹਿੰਦੇ ਹਾਂ ਕਰ ਰੇ ਪਰ ਕਹਿੰਦਾ ਜਦੋਂ ਮੈਂ ਸਾਰੇ ਲੋਕਾਂ ਚ ਬੈ ਕੇ ਇਹ ਕਵਾਂ ਕਿ ਮੈਂ ਆਪਦੀ ਵਾਈਫ ਨੂੰ ਮਿਸ ਕਰਦਾ ਤੇ ਮੈਂ ਕੱਲਾ ਮਹਿਸੂਸ ਕਰਦਾ ਤੇ ਮੈਂ ਕੱਲਾ-ਕੱਲਾ ਕਿਤੇ ਰੋਣਾ ਵਾ ਤੇ ਮੈਨੂੰ ਮੈਨੂੰ ਇਹ ਦਰਦ ਅੰਦਰੋਂ ਵੀ ਮੇਰੀ ਇਨ-ਲਾਸ ਮੇਰੀ ਵਾਈਫ ਨੂੰ ਮੇਰੇ ਕੋਲ ਕਿਉਂ ਨਹੀਂ ਲੈ ਆਉਣ ਤੇ ਰਹੇ ਹੂੰ ਕਹਿੰਦਾ ਇਹ ਤਾਂ ਕੋਈ ਸੁਣੂਗਾ ਤੇ ਅਗਲਾ ਤੂੰ ਪਾਗਲ ਵੀ ਉਹਨਾਂ ਨੇ ਤੇ ਨਾ ਇੰਨਾ ਕੀਤਾ ਤੂੰ ਆ ਤੂੰ ਕੀ ਕੁੜੀਆਂ ਵਾਲਾ ਤੂੰ ਕੀ ਔਰਤਾਂ ਵਾਲਾ ਤੂੰ ਰੋਂਦਾ ਕਿਉਂ ਉਹਨੂੰ ਯਾਦ ਕਿਉਂ ਕਰਦਾ ਦੇਖੋ ਉਹਦਾ ਗੁੱਸਾ ਵਾ ਉਹਦੇ ਗੁੱਸੇ ਦੇ ਥੱਲੇ ਫਿਰ ਕੀ ਸੀਗਾ ਹੂੰ ਐਸ ਤਰ੍ਹਾਂ ਦੀ ਭਾਵਨਾ ਇਸ ਜਿਹੜੀ ਭਾਵਨਾ ਸਾਡਾ ਸਮਾਜ ਕਹਿੰਦਾ ਵੀ ਤੂੰ ਇਹ ਦੱਸ ਨਹੀਂ ਨਹੀਂ ਆਦਮੀ ਤੋਂ ਅਸੀਂ ਸੁਣ ਨਹੀਂ ਸਕਦੇ ਹੂੰ ਕਿੰਨੇ ਕ ਆਦਮੀ ਆ ਜਿਹੜੇ ਇਹ ਚੀਜ਼ ਕਹਿਣਗੇ ਬਹੁਤ ਥੋੜੇ ਕੈਨ ਨਹੀਂ ਬਿਕੋਜ਼ ਓਨਲੀ ਕੈਨ ਆ ਸੋਖਾ ਵੀ ਮੈਂ ਬਦਲਾ ਲੈਣਾ ਹਮ ਪਰ ਓਨਲੀ ਇਹ ਕਹਿਣਾ ਔਖਾ ਵੀ ਮੇਰਾ ਦਿਲ ਟੁੱਟਿਆ ਵਾ ਤੇ ਮੈਂ ਗਮ ਚ ਮੈਨੂੰ ਮੈਨੂੰ ਕੱਲਾ ਕੱਲਾ ਮਹਿਸੂਸ ਹੁੰਦਾ ਤੇ ਮੈਂ ਮਿਸ ਕਰਦਾ ਹਾਂ ਹਮ ਯੂ نو ਮੈਂ ਆਪਦੀ ਵਾਈਫ ਨੂੰ ਬਤਾਏ ਟਾਈਮ ਮਿਸ ਕਰਦਾ ਮੈਂ ਉਹਨੂੰ ਫੇਰ ਮਿਲਣਾ ਚਾਹੁੰਦਾ ਮੈਂ ਮਿਲਣਾ ਚਾਹੁੰਦਾ ਕਿਉਂ ਨਹੀਂ ਆਉਣ ਦਿੰਦੇ ਮੇਰੇ ਕੋਲ ਮੈਂ ਕਮਜ਼ੋਰ ਹਾਂ ਮੈਂ ਕਮਜ਼ੋਰ ਮਹਿਸੂਸ ਕਰਦਾ ਹਾਂ ਤੋਂ ਬਿਨਾ ਯੂ نو ਮੈਨੂੰ ਸ਼ਰਮ ਮਹਿਸੂਸ ਹੁੰਦੀ ਆ ਵੀ ਸਾਡੇ ਰਿਸ਼ਤੇ ਸਾਡਾ ਰਿਸ਼ਤਾ ਟੁੱਟਿਆ ਅਤੇ ਅਸੀਂ ਆਦਮੀਆਂ ਤੋਂ ਨਹੀਂ ਸੀ ਸੁਣਦੇ ਫਿਰ ਜਦੋਂ ਅਸੀਂ ਸਮਾਜ ਨੇ ਇਹ ਚੀਜ਼ਾਂ ਤੇ ਕਹਿੰਦੇ ਨਾ ਕੈਪ ਲਾਤਾ ਤੇ ਫਿਰ ਗੁੱਸਾ ਤਾਂ ਅਸੀਂ ਵੇਖਣਾ ਹੀ ਆਦਮੀਆਂ ਦਾ ਉਹ ਇੱਕ ਸੈਕੰਡਰੀ ਇਮੋਸ਼ਨ ਆ ਯੂ نو ਉਹਦਾ ਮਤਲਬ ਹੈ ਕਿ ਜਿਹੜੀਆਂ ਜੜ ਭਾਵਨਾਵਾਂ ਉਹ ਇਹ ਨਹੀਂ ਆਮ ਤਸੀਂ ਜਿਹੜੇ ਆਪਣੇ ਲਿਸਨਰ ਵੀ ਸੁਣਦੇ ਆ ਕਦੇ ਤੁਸੀਂ ਦੇਖਿਓ ਵੀ ਜੇ ਤੁਹਾਨੂੰ ਗੁੱਸਾ ਚੜਿਆ ਨੋਟਿਸ ਕਰੋ ਵੀ ਉਹਦੇ ਥੱਲੇ ਕੀ ਕੀ ਹੁੰਦੀਆਂ ਤੇ ਮੈਂ 100% ਗਾਰੰਟੀ ਦਿੰਨੀ ਆ ਕਿ ਇਹਨਾਂ ਭਾਵਨਾਵਾਂ ਤੋਂ ਬਿਨਾ ਹੋਰ ਨਹੀਂ ਕੋਈ ਹੁੰਦਾ ਹਲੇ ਦੁੱਖ ਹੋਊਗਾ ਅੰਬੇਰਸਮੈਂਟ ਹੋਊਗੀ ਗਿਲਟ ਹੋਊਗੀ ਸ਼ੇਮ ਹੋਊਗੀ ਇਕੱਲਾਪਨ ਹੋਊਗਾ ਐਂਡ ਯੂ نو ਜੇ ਤੁਹਾਨੂੰ ਗੁੱਸਾ ਬਹੁਤ ਜ਼ਿਆਦਾ ਯੂ نو ਚੜਦਾ ਵਾ ਬਹੁਤ ਜ਼ਿਆਦਾ ਤੁਹਾਡਾ ਐਗਰੈਸ਼ਨ ਜ਼ਿਆਦਾ ਹੋ ਸਕਦਾ ਹੈ ਡਿਪਰੈਸ਼ਨ ਦੀ ਨਿਸ਼ਾਨੀ ਵੀ ਹੋਵੇ ਤੁਹਾਨੂੰ ਹਮ ਹਮ ਬਹੁਤ ਜ਼ਿਆਦਾ ਗੁੱਸਾ ਹਣਾ ਯਾ ਐਗਰੈਸ਼ਨ ਅਗਮ ਬਹੁਤ ਜ਼ਿਆਦਾ ਭਾਵਨਾਵਾਂ ਸਾਡੀਆਂ ਗਲਤ ਤਰੀਕੇ ਨਾਲ ਬਾਹਰ ਨਿਕਲਣ ਲੱਗ ਜਨ ਅਸੀਂ ਉਹਨੂੰ ਐਗਰੈਸ਼ਨ ਕਹਿੰਦੇ ਆ ਬਹੁਤ ਜੜੀਆਂ ਭਾਵਨਾਵਾਂ ਸਾਡੇ ਅੰਦਰ ਦੱਬਣ ਲੱਗ ਜਨ ਅਸੀਂ ਉਹਨੂੰ ਡਿਪਰੈਸ਼ਨ ਕਹਿੰਦੇ ਆ ਅੱਛਾ ਜੀ ਸਮਝਿਓ ਪਰ ਦੋਨੇ ਹਾਨੀਕਾਰਕ ਨੇ ਜਦੋਂ ਅਸੀਂ ਅੰਦਰ ਦਬਾ ਲਿਆ ਅੰਦਰ ਘੁੱਟ ਲਿਆ ਤੇ ਉਹ ਵੀ ਹਾਨੀਕਾਰਕ ਆ ਤੇ ਪਰ ਜਦੋਂ ਅਸੀਂ ਬਾਹਰ ਕੱਢ ਲਿਆ ਉਹ ਵੀ ਹਾਨੀਕਾਰਕ ਆ ਗਾਂ ਜਾ ਕੇ ਅਪਾ ਗੱਲ ਕਰਾਂਗੇ ਕਿ ਉਹ ਜਿਹੜਾ ਸਾਇਲੈਂਟ ਗੁੱਸਾ ਵਾ ਉਹ ਵੀ ਸਾਡੀ ਸਰੀਰ ਨੂੰ ਕਿਵੇਂ ਖਰਾਬ ਕਰਦਾ ਵਾ ਅੱਛਾ ਜੀ ਹਾਂ ਹਮਮ ਸੋ ਅਸੀਂ ਇਹ ਜਾਨਣਾ ਅਸੀਂ ਐਜ਼ ਅ ਜਿਹੜੀ ਕਨਵਰਸੇਸ਼ਨ ਵੀ ਕਰਦੇ ਨਾ ਮਿਸਥਨ ਇਦਾਂ ਕਿ ਅਸੀਂ ਇੱਕ ਬਦਲਾਵ ਇਕਾਦਮੀ ਨਹੀਂ ਲਿਆ ਸਕਦਾ ਜੇ ਸੋਸਾਇਟੀ ਔਰਤਾਂ ਨੇ ਵੀ ਬਦਲਾਵ ਲਿਓਣਾ ਹੈ ਆਦਮੀਆਂ ਲਈ ਯੂ نو ਜਿੰਨੇ ਲੋਕੀ ਅਸੀਂ ਆਦਮੀਆਂ ਦੇ ਨੇੜੇ ਯੂ نو ਸਾਡਾ ਵਾਹ ਪੈਂਦਾ ਉਹਨਾਂ ਨਾਲ ਅਸੀਂ ਉਹਨਾਂ ਉਹਨਾਂ ਦੀ ਜਿਹੜੀ ਯੂ نو ਜਿਹੜੀ ਉਹਨਾਂ ਦੀ ਆਦਮੀ ਆਦਮੀ ਦਾ ਡੈਫੀਨੇਸ਼ਨ ਕੀ ਉਹ ਅਸੀਂ ਬਦਲ ਨਹੀਂ ਬਿਕਾਜ਼ ਜਦੋਂ ਅਸੀਂ ਐਜ਼ ਅ ਸਮਾਜ ਐਜ਼ ਅ ਔਰਤਾਂ ਐਜ਼ ਆ ਉਹਦੇ ਰਿਸ਼ਤੇਦਾਰੇ ਸੁਣਨ ਲੱਗ ਜਾਣਗੇ ਸਾਨੂੰ ਇਹ ਸੁਣਨਾ ਜ਼ਿਆਦਾ ਸੌਖਾ ਲੱਗੂਗਾ ਵੀ ਮੈਂ ਇੱਕ ਕੱਲਾ ਇੱਕ ਆਦਮੀ ਸਾਡੇ ਕੋਲ ਕਵੇ ਮੈਂ ਕੱਲਾ ਮਹਿਸੂਸ ਕਰਦਾ ਤੇ ਅਸੀਂ ਉਹਨੂੰ ਐਕਸੈਪਟ ਵੀ ਕਰੀਏ ਅੱਛਾ ਦੂਸਰੀ ਗੱਲ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਸੀ ਵੀ ਗੁੱਸਾ ਜਿਹੜਾ ਆਉਂਦਾ ਇਹ ਤਾਂ ਇੱਕ ਹਿਊਮਨ ਈਮੋਸ਼ਨ ਆ ਜੀ ਹਾਂ ਗੁੱਸਾ ਤਾਂ ਔਰਤਾਂ ਨੂੰ ਵੀ ਆਉਂਦਾ ਕੀ ਉਹਨਾਂ ਦੇ ਵਿੱਚ ਇਸ ਗੁੱਸੇ ਨੂੰ ਮੈਨੇਜ ਕਰਨ ਦੀ ਐਬਿਲਿਟੀ ਜ਼ਿਆਦਾ ਜਾਂ ਕਿ ਉਹ ਹੋਰ ਕਿਸਮ ਦਾ ਗੁੱਸਾ ਹੈ ਦੇਖੋ ਮਿਸਟਰ ਜਿਹੜੀ ਔਰਤ ਹੈ ਨਾ ਉਹਦੇ ਤੇ ਉਹਨੂੰ ਇਹ ਕਹਿਣਾ ਜਿਵੇਂ ਆਪਾਂ ਪਹਿਲਾਂ ਵੀ ਸੈਸ਼ਨਾਂ 'ਚ ਗੱਲ ਕੀਤੀ ਆ ਕਿ ਮੈਂ ਕੱਲੀ ਆ ਉਹ ਇੰਨਾ ਭਾਵਨਾਵਾਂ ਨੂੰ ਵਰਤ ਸਕਦੀ ਆ ਹੂੰ ਹੂੰ ਇਹਨੂੰ ਮੇਰੇ ਲਈ ਕਹਿਣਾ ਕੋਈ ਡਰ ਦੀ ਗੱਲ ਨਹੀਂ ਕਿ ਮੈਂ ਕੱਲਾ ਮਹਿਸੂਸ ਕਰਦੀ ਆ ਸੋਸ਼ੀਅਲੀ ਐਕਸੈਪਟਡ ਆ ਯਾ ਮੇਰਾ ਦਿਲ ਟੁੱਟਿਆ ਵਿਆ ਮੇਰਾ ਰੋਂਨ ਨੂੰ ਜੀ ਕਰਦਾ ਵਾ ਜਿਹੜਾ ਰਿਸ਼ਤਾ ਮੇਰੇ ਲਈ ਬਹੁਤ ਜ਼ਰੂਰੀ ਸੀ ਉਹ ਮੈਨੇ ਛੱਡ ਕੇ ਚੱਲ ਗਿਆ ਹੂੰ ਹੂੰ ਪਰ ਤੁਸੀਂ ਦੇਖੋ ਵੀ ਤੁਸੀਂ ਆਦਮੀ ਆ ਤੁਸੀਂ ਵੀ ਇਹ ਗੱਲਾਂ ਕਰ ਸਕਦੇ ਹੋ ਮੁਸ਼ਕਿਲ ਹੋ ਜਾਏ। ਮੁਸ਼ਕਿਲ ਅਸੀਂ ਖੁੱਲ ਕੇ ਕਰ ਸਕਦੇ ਆ। ਸੋ ਇਸ ਕਰਕੇ ਜਿਹੜਾ ਗੁੱਸਾ ਵਾ ਉਹ ਸਾਨੂੰ ਜਿਹੜੀਆਂ ਅਸੀਂ ਉਹ ਭਾਵਨਾਵਾਂ ਨੂੰ ਰੈਕਗਨਾਈਜ਼ ਕਰਦੇ ਆਂ ਸੀ ਉਹਨਾਂ ਨੂੰ ਐਕਸਪ੍ਰੈਸ ਕਰਦੇ ਆਂ ਪਰ ਆਦਮੀ ਕੋਲ ਤਾਂ ਇੱਕ ਹੀ ਭਾਵਨਾ ਵਾ ਨਾ ਐਕਸਪ੍ਰੈਸ ਕਰਨ ਦੀ ਗੁੱਸਾ। ਹੋਰ ਹੋਰ ਤਾਂ ਉਹਨੂੰ ਸਮਾਜ ਨੇ ਦਿੱਤਾ ਹੀ ਨਹੀਂ। ਹੂੰ। ਯੂ نو ਗੁੱਸਾ ਸੀ ਐਕਸੈਪਟ ਕਰਦੇ ਆਂ ਗੁੱਸਾ ਕਿਤੇ ਨਾ ਕਿਤੇ ਅਸੀਂ ਸੋਚਦੇ ਵੀ ਪਾਵਰਫੁਲ ਵੀ ਹੈ ਵੀ ਜਿਹੜੇ ਬੰਦੇ ਤੋਂ ਕੋਈ ਵਾਰ ਕਿਤੇ ਗੁੱਸੇ ਤੋਂ ਡਰਿਏ। ਸੋ ਆਦਮੀ ਨੂੰ ਇੱਕ ਹੀ ਭਾਵਨਾਵਾਂ ਦਿੱਤੀ ਵੀ ਆ। ਵੀ ਤੂੰ ਇਹ ਦੁਨੀਆ ਨੂੰ ਦਿਖਾ ਸਕਦਾ ਤੇ ਦੁਨੀਆ ਤੈਨੂੰ ਕਮਜ਼ੋਰ ਨਹੀਂ ਸਮਝੂਗੀ ਹਮ ਪਰ ਜੇ ਤੂੰ ਇਹ ਕਹਤਾ ਵੀ ਤੂੰ ਕੱਲਾ ਵਾਂ ਤੇ ਤੂੰ ਦਾ ਦਿਲ ਟੁੱਟਿਆ ਹੋਇਆ ਤੇ ਤੂੰ ਉਸਔਰਤ ਪਿੱਛੇ ਰੋਣਾ ਜਿਹੜੀ ਤੈਨੂੰ ਪਿਆਰ ਨਹੀਂ ਕਰਦੀ ਤੇ ਫੇਰ ਦੇ ਇਹਨੂੰ ਕਮਜ਼ੋਰ ਸਮਝਣਗੇ ਫੇਰ ਉਹ ਕਹਿਣਗੇ ਬੰਦਾ ਹੀ ਨਹੀਂ ਹਮ ਕਈ ਵਾਰ ਆਪਾਂ ਸੁਣਿਆ ਨਾ ਕਈ ਵਾਰ ਜੇ ਕੋਈ ਹਸਬੈਂਡ ਵੀ ਆਪਣੀ ਵਾਈਫ ਪਿੱਛੇ ਜਾਂ ਰਿਸ਼ਤੇ ਪਿੱਛੇ ਰੋ ਰਿਹਾ ਤੇ ਆਪਾਂ ਕਹਿੰਨੇ ਯੂ نو ਆਰਮ ਸੋਸਾਇਟੀ ਦੇ ਵਿੱਚ ਕਹਿੰਦੇ ਵੀ ਇਹ ਇਹ ਬੰਦਿਆਂ ਵਾਲਾ ਕੰਮ ਥੋੜੀ ਆ ਵਿਯੋਧਨ ਛੱਡ ਕੇ ਚੱਲੇਗੀ ਤੂੰ ਕਦ ਤੱਕ ਰੋਈ ਜਾਣਾ ਇਹ ਤਾਂ ਬੁੜੀਆਂ ਵਰਗਾ ਬੰਦਾ ਹਾਂ ਪਰ ਔਰਤਾਂ ਨੂੰ ਇਹ ਚੀਜ਼ਾਂ ਔਰਤਾਂ ਦੇ ਵਿੱਚ ਕਹਿਣੀਆਂ ਬਹੁਤ ਸੌਖੀਆਂ। ਅਸੀਂ ਕਹਦੇ ਨੇ ਔਰਤ ਦਾ ਦਿਲ ਇਦਾਂ ਹੁੰਦਾ ਔਰਤ ਦਾ ਦਿਲ ਮੁਲਾਇਮ ਹੁੰਦਾ। ਨਹੀਂ ਆਦਮੀਆਂ ਦੇ ਵੀ ਦਿਲ ਉਦਾਂ ਦੇ ਹੁੰਦੇ ਪਰ ਉਹਨਾਂ ਨੂੰ ਇਜਾਜ਼ਤ ਨਹੀਂ ਹੈਗੀ। ਹੁਣ ਜੇ ਮੈਨੂੰ ਕੋਈ ਕਹੂਗਾ ਕਿ ਯੂ نو ਜੇ ਮੈਂ ਇੰਨਾਂ ਚੀਜ਼ਾਂ ਨਾਲ ਕਮਜ਼ੋਰ ਦਿਖੂੰਗੀ ਮੈਂ ਕਿਉਂ ਬਾਹਰ ਦੱਸੂੰਗੀ। ਪਰ ਜਿਹੜੇ ਸੋਸ਼ਲ ਨਾਰਮਸ ਬਣੇ ਹੋਇਆ ਇਸ ਤਰ੍ਹਾਂ ਮੇਰਾ ਖਿਆਲ ਵੀ ਟੁੱਟ ਵੀ ਰਹੇ ਹੋਣੇ ਆ। ਔਰ ਕਿਵੇਂ ਤੋੜੇ ਜਾ ਸਕਦੇ ਆ ਇਹਦੇ ਲਈ ਕੋਈ ਬਹੁਤ ਜ਼ਿਆਦਾ ਇਹ ਕੋਈ ਬੋਲਡ ਕਮ ਹੈ ਜਾਂ ਸੋਸਾਇਟੀ ਹੀ ਤੋੜਦੀ ਆ। ਇਹ ਕੁਝ ਕੁ ਲੋਕ ਜਿਹੜੇ ਨੇ ਉਹ ਤੋੜੀ ਜਾ ਰਹੇ ਨੇ ਉਹ ਹੌਲੀ ਹੌਲੀ ਕੀ ਪ੍ਰੋਸੈਸ ਕੀ ਹੈ ਇਸ ਦਾ ਜੀ ਮਿਸਟਰ ਜਿੰਨ ਜਿਵੇਂ ਤੁਸੀਂ ਕਿਹਾ ਕਿ ਅੱਗੇ ਨਾਲੋਂ ਟੁੱਟ ਰਹੇ ਨੇ ਪਰ ਹਜੇ ਵੀ ਜਿਹੜੇ ਯੂ ਨੋ ਕ੍ਰਾਈਮ ਰੇਟਸ ਆ ਐਡਿਕਸ਼ਨ ਰੇਟਸ ਆ ਹਜੇ ਵੀ ਕਟੇ ਨਹੀਂ ਹੈਗੇ ਯੂ ਨੋ ਹਜੇ ਵੀ ਜਿਹੜੀਆਂ ਮੈਂਟਰਲ ਹੈਲਥ ਦੀ ਐਜੂਕੇਸ਼ਨ ਆ ਹਜੇ ਵੀ ਤੁਸੀਂ ਆਪਣ ਬਦਲ ਰਿਹਾ ਵਾ ਕਨਵਰਸੇਸ਼ਨਸ ਹੋ ਰਹੀਆਂ ਆਈ ਤੋ 20 ਸਾਲ ਪਹਿਲਾਂ ਤੱਕ ਕਨਵਰਸੇ ਸੋ ਚੈਨੀ ਸੀ ਵੀ ਆਦਮੀ ਹੈ ਸੋ ਮਕਰਰ ਤੋਂ ਬਦਲਾਵ ਤਾਂ ਆ ਰਿਹਾ ਕਿਤੇ ਨਾ ਕਿਤੇ ਪਰ ਸਾਨੂੰ ਇਹ ਦੇਖਣਾ ਵੀ ਜਿਹੜਾ ਆਦਮੀ ਦਾ ਜਿਹੜਾ ਗੁੱਸਾ ਵਾ ਜਿਹੜੀ ਅਸੀਂ ਭਾਵਨਾ ਵਾ ਸਿਰਫ ਇੱਕ ਨਾ ਉਹਨੂੰ ਦਈਏ ਦੂਜੀਆਂ ਵੀ ਦਈਏ ਅੱਜ ਵੀ ਤੁਸੀਂ ਦੇਖੋ ਵੀ ਜੋ ਤੁਸੀਂ ਆਦਮੀ ਬੈਨੇ ਹੋ ਤੁਸੀਂ ਜ਼ਿਆਦਾ ਐਕਸਪੀਰੀਅੰਸ ਕੀਤਾ ਤੁਸੀਂ ਭਾਵੁਕ ਐਕਸਪੀਰੀਅੰਸਸ ਬਾਰੇ ਗੱਲਾਂ ਕਰਦੇ ਹੋ ਕਿੰਨਾ ਕੁ ਸੌਖਾ ਵਾ ਤੇ ਕਿੰਨਾ ਔਖਾ ਵਾ ਫਿਰ ਉਹ ਇੱਕ ਯੂ نو ਗਰੁੱਪ ਆਦਮੀਆਂ ਤੋਂ ਵੇਖ ਲਓ ਉਨੀ ਉਹੀ ਸੋਸਾਇਟੀ ਹੈ ਸਾਡੀ ਉੱਥੇ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਕਲ ਉਹੀ ਪੰਜ ਛੇ ਆਦਮੀ ਬੈਠੇ ਹੋਣ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਂਦਾ ਕਿ ਅਸੀਂ ਮੈਂਟਲ ਹੈਲਥ ਤੇ ਕਿੰਨਾ ਕਿ ਇੰਪਰੂਵਮੈਂਟ ਕੀਤੀ ਹੈ ਯੂ نو ਮੈਂ ਕਾਉਂਸਲਰ ਹਾਂ ਐਂਡ ਮੇਰੇ ਕੋਲ ਵੀ ਜਦੋਂ ਕਲਾਇੰਟਸ ਆਉਂਦੇ ਆ ਹਾਲੇ ਕਿ ਸਾਰੀ ਕੌਨਫਿਡੈਂਸ਼ੀਅਲ ਹੁੰਦੀ ਆ ਬਹੁਤ ਆਦਮੀ ਜਿਹੜੇ ਇਦਾਂ ਵਾਂ ਵੀ ਜਿਹੜੇ ਕੰਫਰਟੇਬਲ ਨਹੀਂ ਹੁੰਦੇ ਪਹਿਲੇ ਸੈਸ਼ਨ ਦੇ ਵਿੱਚ ਓਪਨ ਹੁੰਦੇ ਆ अच्छा जी जी हां वो कहते भी नहीं मेनू नहीं महसूस ਹੁੰਦਾ ਮੈਨੂੰ ਮੈਨੂੰ ਦੁੱਖ ਨਹੀਂ ਹੋਇਆ ਹਾਂ ਮੈਨੂੰ ਗੁੱਸਾ ਚੜਿਆ ਪਰ ਮੈਨੂੰ ਐਵੇਂ ਦੁੱਖ ਨਹੀਂ ਹੋਇਆ ਉਹ ਪਰ ਚਲੋ ਹੌਲੀ ਹੌਲੀ ਜਦੋਂ ਅਸੀਂ ਉਹ ਕੰਫਰਟੇਬਲ ਹੁੰਦੇ ਹੌਲੀ ਉਹ ਭਾਵਨਾ ਮੈਂ ਉਹਨਾਂ ਚ ਕਢਵਾ ਲੈਣੀ ਆ ਤੇ ਪਰ ਅਕਸਰ ਯਾਦ ਫਿਰ ਉਹ ਦੱਸ ਦਿੰਦੇ ਫਿਰ ਉਹ ਦੱਸ ਦਿੰਦੇ ਆ ਕਿਉਂਕਿ ਯੂ نو ਜੜ ਤਾਂ ਸਾਨੂੰ ਪਤਾ ਵਾ ਵੀ ਜੜ ਤਾਂ ਦੁੱਖ ਆਇਦਾ ਮੈਨ ਕੋਈ ਵੀ ਆਦਮੀ ਤੇ ਜਦੋਂ ਗੁੱਸਾ ਚੜਦਾ ਵਾ ਉਹ ਉਹ ਅਨ ਐਕਸਪਰੈਸਡ ਦੋਖਾ ਅਨਐਕਸਪ੍ਰੈਸਡ ਇਮੋਸ਼ਨਸ ਆ ਭਾਵਨਾਵਾਂ ਵਾ ਜਿਹੜੀਆਂ ਉਹਦੇ ਥੱਲੇ ਆ ਜਿਹੜੀਆਂ ਉਹ ਹੈਲਥੀ ਤਰੀਕੇ ਨਾਲ ਬਾਹਰ ਦੁਨੀਆ ਨੂੰ ਦੱਸ ਨਹੀਂ ਸਕਦਾ ਹਮਮ ਸਮਝੋ ਮਿਸਟਰ ਤਿੰਨ ਹਰ ਚੀਜ਼ ਸਾਡੀ ਜਿਹੜੀ ਬਾਡੀ ਦੇ ਵਿੱਚ ਅੰਦਰ ਜਾਂਦੀ ਉਹਨੇ ਬਾਹਰ ਜਾਣਾ ਵੇਸਟ ਬਣ ਕੇ ਫਿਰ ਇੱਕ ਦੁੱਖੀ ਕਿਉਂ ਆ ਵੀ ਜੇ ਆਦਮੀ ਦੇ ਅੰਦਰ ਤਾਂ ਜਾਂਦਾ ਤੇ ਬਾਹਰ ਕਿਉਂ ਨਹੀਂ ਨਿਕਲਦਾ ਹੈ ਅੱਛਾ ਐਡਿਕਸ਼ਨ ਦਾ ਵੀ ਬਹੁਤ ਵੱਡਾ ਕਾਰਨ ਇਹੀ ਆ ਕਿ ਲੋਕਾਂ ਨੂੰ ਆਪਣਾ ਐਂਗਰ ਮੈਨੇਜ ਨਹੀਂ ਕਰਨਾ ਆਉਂਦਾ ਤੇ ਨਤੀਜੇ ਦੇ ਤੌਰ ਤੇ ਕੋਈ ਨਾ ਕੋਈ ਨਸ਼ਾ ਕਰਕੇ ਤੇ ਉਹਨੂੰ ਸਪਰੈਸ ਕਰ ਦਿੰਦੇ ਆ ਸਪਰੈਸਡ ਇਮੋਸ਼ਨਸ ਪਾਵਕ ਤੌਰ ਤੇ ਦਬੇ ਹੋਏ ਆਦਮੀ ਜਿਹੜੀਆਂ ਆਪਣੀਆਂ ਭਾਵਨਾਵਾਂ ਬਾਹਰ ਨਹੀਂ ਕੱਢ ਸਕਦੇ ரைਟ ਤੁਸੀਂ ਦੇਖੋ ਵੀ ਇੱਕ ਆਦਮੀ ਦੀ ਡੈਫੀਨੇਸ਼ਨ ਕੀ ਆ ਇੱਕ ਆਦਮੀ ਦੀ ਡੈਫੀਨੇਸ਼ਨ ਆ ਵੀ ਇੱਕ ਤੋ ਪੈਸਾ ਕਮਾਵੇ ਆਪਣੇ ਪਰਿਵਾਰ ਵਾਸਤੇ ਤੇ ਇੱਕ ਆਦਮੀ ਦੀ ਵੀ ਉਹ ਡਿਪੈਂਡਬਲ ਹੋਵੇ ਵੀ ਉਹਦੇ ਤੇ ਕੋਈ ਡਿਪੈਂਡ ਕਰ ਸਕੇ ਇੱਕ ਕਹ ਗਿਆ ਵੀ ਕਈ ਡੈਫੀਨੇਸ਼ਨ ਇੱਕੋਗੇ ਵੀ ਸਟਰੋਂਗ ਹੋਵੇ ਹੁਣ ਜੇ ਅਸੀਂ ਕਹਿ ਰਹੇ ਹਾਂ ਵੀ ਸਟਰੋਂਗ ਹੋਣਾ ਆਦਮੀ ਤੇ ਕਮਜ਼ੋਰ ਆਦਮੀ ਸਾਨੂੰ ਕਿਉਂ ਦੱਸੂਗਾ ਮੈਂ ਕਮਜ਼ੋਰ ਮਹਿਸੂਸ ਕਰਦਾ ਬਿਲਕੁਲ ਕਿਉਂਕਿ ਸਟੈਂਡਰਡ ਉਹਦੇ ਲਈ ਸੈੱਟ ਕਰਦਾ ਸਟੈਂਡਰਡ ਸੈੱਟ ਕਰ ਦਿੱਤਾ ਯੂ ਆਰ ਅ ਮੇਲ ਯੂ ਮਸਟ ਬੀ ਸਟਰੋਂਗ ਯੂ ਮਸਟ ਨੋਟ ਕ੍ਰਾਈ ਥੈਟਸ ਰਾਈਟ ਤੇ ਸਿਸ ਤਨ ਗੁੱਤੇ ਕਿਉਂ ਰੂਗਾ ਉਹ 75% ਜਿਹੜੇ ਸੁਸਾਈਡ ਰੇਟਸ ਆ ਉਹ ਆਦਮੀਆਂ ਵੱਲੋਂ ਅੱਛਾ ਜੀ ਜੀ ਹਾਂ ਐਂਡ ਕੈਨੇਡਾ ਦੇ ਵਿੱਚ ਤੁਸੀਂ ਅੰਕੜੇ ਵੀ ਵੇਖ ਸਕਦੇ ਹੋ ਪਤਾ ਨਹੀਂ 50 ਜਾਂ 40 ਆਦਮੀ ਹਫਤੇ ਦੇ ਡਿਪਰੈਸ਼ਨ ਜਾਂ ਸੁਸਾਈਡ ਦਾ ਸ਼ਿਕਾਰ ਹੁੰਦੇ ਨੇ ਕੈਨੇਡਾ ਦੇ ਵਿੱਚ ਔਰ ਤਾਂ ਉਹ ਨੰਬਰ ਕਿਤੇ ਜ਼ਿਆਦੇ ਨੇ ਹੂੰ ਫਿਰ ਸਾਨੂੰ ਇਹ ਦੇਖਣਾ ਪੈਣਾਗਾ ਕਿ ਐਂਡ ਇਹ ਸਭ ਤੋਂ ਪਹਿਲਾਂ ਇੱਕ ਆਦਮੀ ਸੀ ਆਦਮੀ ਇਸ ਚੀਜ਼ ਤੇ ਓਪਨ ਨਹੀਂ ਹੋ ਸਕਦਾ ਕਿਉਂਕਿ ਉਹ ਸੇਫ ਨਹੀਂ ਮਹਿਸੂਸ ਕਰਦੇ ਕਿਉਂਕਿ ਹਜੇ ਵੀ ਅਸੀਂ ਕਮਿਊਨਿਟੀ ਸੋਸਾਇਟੀ ਦੇ ਤੌਰ ਤੇ ਜੱਜ ਕਰਦੇ ਹਾਂ ਉਹਨਾਂ ਦੇ ਰੋਣੇ ਨੂੰ ਹੂੰ ਹੂੰ ਸਮਝਦੇ ਹੋ ਐਂਡ ਇਹ ਆਦਮੀਆਂ ਦੇ ਤੁਸੀਂ ਦੇਖੋ ਵੀ ਤੁਹਾਡੇ ਲਈ ਰੋਣਾ ਸਾਰਿਆਂ ਦੇ ਸਾਹਮਣੇ ਕਿੰਨਾ ਅਨਕੰਫਰਟेबल ਹੂੰ ਇਟਸ ਹਾਰਡ ਅਸੀਂ ਕਿੰਨੀਆਂ ਵੀ ਗੱਲਾਂ ਕਰੀਏ ਪਰ ਵਕਤ ਲੱਗੂਗਾ ਉਹ ਚੀਜ਼ ਨੂੰ I ਮੈਨ ਕਈ ਤਾਂ ਆਦਮੀ ਆ ਉਹ ਇੰਨੇ ਨਾਮ ਹੋਏ ਹੁੰਦੇ ਅੰਦਰ ਉਹ ਰੋ ਹੀ ਨਹੀਂ ਸਕਦੇ ਹੂੰ ਸਮਝਣੋ ਐਂਡ ਰੋਣਾ ਇੱਕ ਤੁਹਾਡੀ ਬਾਡੀ ਦਾ ਇੱਕ ट्रांजिशन ਫੇਸ ਆ ਜਿਹੜਾ ਇੱਕ ਹੈਲਥੀ ਆ ਇੱਕ ਮਾਈਂਡ ਸਟੇਟ ਤੋਂ ਦੂਜੇ ਮਾਈਂਡ ਸਟੇਟ ਤੇ ਜਾਣ ਲਈ ਰੋਣਾ ਤੁਹਾਡੀ ਬਾਡੀ ਨੂੰ ਅਡਾਪਟ ਕਰਦਾ ਅਡਾਪਟੇਬਲ ਬਣਾਉਂਦਾ ਵਾ ਫੋਰ ਇਗਜ਼ਾਮਪਲ ਜੇ ਕਿਸੇ ਦੀ ਡੈਥ ਹੋਈ ਵੀ ਆ ਤੇ ਤੁਹਾਨੂੰ ਸ਼ੌਕ ਲੱਗਿਆ ਵਾ ਤੁਹਾਡਾ ਮਾਈਂਡ ਸੈਟ ਪਹਿਲਾਂ ਫਿਜ਼ੀਕਲੀ ਬੰਦਾ ਤੁਹਾਡੇ ਕੋਲ ਸੀ ਹੁਣ ਉਹ ਬੰਦਾ ਤੁਹਾਡੇ ਕੋਲ ਫਿਜ਼ੀਕਲ ਹੈ ਨਹੀਂ। ਉਸ ਦਿਮਾਗ ਨੇ ਅਡਾਪਟ ਕਰਨਾ ਉਹਦੀ ਪ੍ਰੈਜ਼ੈਂਸ ਟੂ ਨੋਨ ਪ੍ਰੈਜ਼ੈਂਸ। ਹਮਮ। ਸਮਝਦੇ ਤੁਸੀਂ ਫਿਜ਼ੀਕਲ ਤੋਂ ਨੋਨ ਫਿਜ਼ੀਕਲ ਤੱਕ ਉਹਨੇ ਅਡਾਪਟ ਕਰਨਾ ਤੇ ਛੁਟਕੀ ਨਾਲ ਨਹੀਂ ਅਡਾਪਟ ਅਡਾਪਟ ਕਰ ਸਕਦੇ। ਉਹ ਵਕਤ ਲੱਗਦਾ ਤੇ ਜਿਹੜੇ ਆंसू ਆ ਉਹ ਸਾਡੇ ਦਿਮਾਗ ਨੂੰ ਅਡਾਪਟ ਕਰਵਾਉਂਦੇ ਆ। ਉਹ ਨਵੀਂ ਥਾਂ ਨਾਲ, ਨਵੀਂ ਸਿਚੁਏਸ਼ਨ ਨਾਲ। ਬਿਨੋਂ ਤੇਰੀ ਜ਼ਿੰਦਗੀ ਉਹ ਤੋਂ ਬਿਨਾ ਕਿਵੇਂ ਹੋਊਗੀ? ਜਾਂ ਰਿਸ਼ਤੇ ਨਾਲ। ਪਰ ਉਹ ਦਿੱਤਾ ਹੀ ਨਹੀਂ ਜਾਂਦਾ ਸੋ ਐਂਗਰ ਦਾ ਇਹ ਆ ਮਿਸਟਰ ਇਥਨ ਕਿ ਐਂਗਰ ਨੂੰ ਜਿਵੇਂ ਆਪਾਂ ਨਾਈਫ ਦਾ ਵੀ ਐਂਗਰ ਨੂੰ ਅਸੀਂ ਵਰਤ ਸਕਦੇ ਹਾਂ ਜੇ ਅਸੀਂ ਐਂਗਰ ਨੂੰ ਪੜਨਾ ਸਿੱਖ ਲਈਏ ਐਂਗਰ ਨੂੰ ਅਸੀਂ ਵਰਤ ਸਕਦੇ ਹਾਂ ਅਕਸਰ ਆਦਮੀ ਕਹਿੰਦੇ ਨਾ ਵੀ ਕਿ ਵਰ ਉਹਨਾਂ ਦੇ ਘਰੇ ਵੀ ਲੜਾਈ ਹੋ ਜਾਂਦੀ ਉਹ ਆ ਕੇ ਕਹਿਣਗੇ ਅੱਜ ਤੋਂ ਬਾਅਦ ਮੈਂ ਗੁੱਸੇ ਨਹੀਂ ਹੋਣਾ ਮੈਂ ਤਾਂ ਬੜਾ ਅਨਐਕਸਪੈਕਟ ਦਾ ਸਟੈਂਡਰਡ ਸੈਟਿੰਗ ਹੀ ਕਰ ਸਕਦੇ ਅਸੀਂ ਇਹ ਤਾਂ ਤੁਸੀਂ ਕਹੋ ਕਿ ਮੈਨੂੰ ਅੱਜ ਤੋਂ ਬਾਅਦ ਭੁੱਖ ਨਹੀਂ ਲੱਗਣੀ ਅੱਜ ਹੀ ਮੈਂ ਖਾ ਲਿਆ ਬਸ ਹੁਣ ਤੋਂ ਬਾਅਦ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਪਰ ਉਹਨੂੰ ਮੈਨੇਜ ਕਿਵੇਂ ਕਰਨਾ ਇਹ ਹੈ ਜੀ ਔਰਤਾਂ ਦੇ ਵਿੱਚ ਮੈਨੇਜਿੰਗ ਐਬਿਲਿਟੀ ਜ਼ਿਆਦਾ ਜਾਂ ਕਿ ਗੁੱਸੇ ਦੀ ਜਿਹੜੀ ਇੰਟੈਂਸਿਟੀ ਘਟਾ ਦੇਖੋ ਮਿਸਟਰ ਤਿੰਨ ਜਦੋਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਜਿਹੜੀ ਇਮੋਸ਼ਨਲ ਲਿਟਰੇਸੀ ਔਰਤਾਂ ਤੇ ਔਰਤਾਂ ਦੇ ਵਿੱਚ ਕਿਤੇ ਜ਼ਿਆਦਾ ਵਾ ਕਿਉਂਕਿ ਉਹ ਆਪਦੇ ਆਪ ਨੂੰ ਐਕਸਪ੍ਰੈਸ ਕਰਦੀਆਂ ਮ ਉਹ ਜਿਹੜਾ ਦੁੱਖ ਅੰਦਰ ਜਾਂਦਾ ਵਾ ਫਿਰ ਉਹ ਬਾਹਰ ਵੀ ਨਿਕਲਦਾ ਵਾ ਹੈ ਨਾ ਤੁਸੀਂ ਆਪ ਦੇਖੋ ਵੀ ਕਿਸੇ ਦੀ ਡੈਥ ਹੋ ਗਈ ਤੇ ਔਰਤਾਂ ਦਾ ਤਰੀਕਾ ਦੇਖੋ ਆਪਦੇ ਦੁੱਖ ਕੱਢਣ ਦਾ ਤੇ ਆਦਮੀ ਆਦਮੀ ਚੁੱਪ ਕਰਕੇ ਬੈਠੇ ਹੁੰਦੇ ਆ ਉਹਨਾਂ ਉਹ ਤਾਂ ਗੱਲਬਾਤ ਵੀ ਨਹੀਂ ਇਸ ਚੀਜ਼ ਔਰਤਾਂ ਦਾ ਗੱਲ ਤੁਸੀਂ ਦੇਖੋ ਕਿ ਬਰ ਔਰਤਾਂ ਨਾ ਜਦੋਂ ਪਹਿਲਾਂ ਪਹਿਲਾਂ ਜਾਈ ਦੋ ਰੋਂਦੀਆਂ ਵਾਂ ਹਾਲੀਵੁੱਡੀ ਗੱਲਾਂ ਕਰਨ ਲਿਆ ਹਾਲੀਵੁੱਡੀ ਮੁਸਕਰਾਉਣ ਵੀ ਲੱਗ ਪੈਂਦੀਆਂ ਉਹ ਸਾਰਾ ਟਰਾਂਜ਼ੀਸ਼ਨ ਕਰ ਲੈਂਦੀਆਂ ਬੈਠੇ ਬੈਠੇ ਕਿਸੇ ਦੇ ਪਰ ਵਿੱਚ ਵਿੱਚ ਜਦ ਕਦੇ ਉਹਨਾਂ ਨੂੰ ਫਰ ਹਾਲ ਉੱਠਦਾ ਕੀਰਨੇ ਵੀ ਪਾਉਣਾ ਫੇਰ ਕਰਦੀਆਂ ਉਹ ਚੁੱਚੀ ਗਾ ਕੇ ਵੀ ਉਹ ਐਕਸਪ੍ਰੈਸ ਕਰ ਦਿੰਦੀਆਂ ਐਗਜ਼ੈਕਟਲੀ ਐਂਡ ਯੂ نو ਪੈਕ ਮੈਂ ਬੁੱਕ ਵੀ ਪੜ੍ਹਦੀ ਸੀ ਜਿਵੇਂ ਆਪਣੇ ਪਿੱਛੇ ਇੰਡੀਆ ਦੇ ਵਿੱਚ ਲੋਕੀ ਐਂ ਜਾਣਦੇ ਹੁੰਦੇ ਸੀ ਉਹ ਐਕਚੁਅਲੀ ਇੱਕ ਸਿਸਟਮ ਰੱਖਿਆ ਹੋਇਆ ਸੀ ਕਿਸੇ ਨੂੰ ਰਵਾਉਣ ਦਾ ਉਹ ਹੈਲਥੀ ਸੀ ਆਪਾਂ ਕਹਿੰਦੇ ਨਾ ਵੀ ਉਹਨੂੰ ਰੋਂਣ ਦਿਓ ਜਦੋਂ ਕੋਈ ਨਹੀਂ ਸੀ ਰੋਂਦਾ ਆਪਾਂ ਕਹਿੰਦੇ ਸੀ ਵੀ ਜੇ ਕੋਈ ਔਰਤ ਹੈ ਔਰ ਨਹੀਂ ਸੀ ਰੋਂਦੀ ਆਪਾਂ ਕਹਿੰਦੇ ਉਹ ਪੱਥਰ ਬਣ ਜੂਗੀ ਨਹੀਂ ਉਹਨੂੰ ਰੋ ਰਵਾਓ ਆਲੇ ਦੁਆਲੇ ਦੀਆਂ ਔਰਤਾਂ ਉਹਨੂੰ ਰਵਾਉਣ ਰਵਾਉਂਦੀਆਂ ਸੀਗੀਆਂ ਹਾਂ ਸੋ ਇਹ ਅਸੀਂ ਦੇਖਣਾ ਵੀ ਆਦਮੀਆਂ ਦੀ ਵੀ ਜਿਹੜੀ ਇਮੋਸ਼ਨਲ ਯੂ نو ਲਿਟਰੇਸੀ ਆ ਉਹ ਅਸੀਂ ਵਿਦਧਾ ਹੋਣੀ ਐ ਐਸ ਅ ਸੋਸਾਇਟੀ ਐਂਡ ਐਂਗਰ ਇਹ ਸੈਸ਼ਨ ਦੇ ਰਹੀ ਅਸੀਂ ਤੁਹਾਨੂੰ ਇਹ ਨਹੀਂ ਕਹਿਣਾ ਕਿ ਐਂਗਰ ਆਉਣਾ ਨਹੀਂ ਚਾਹੀਦਾ ਜੇ ਤੁਹਾਡੇ ਚ ਐਂਗ ਕਹਿੰਦੇ ਨਾ ਇੱਕ ਮਰਿਆ ਹੀ ਬੰਦਾ ਹੁੰਦਾ ਜਿਹਦੇ ਚ ਕੋਈ ਭਾਵਨਾ ਨਹੀਂ ਹੁੰਦੀ ਬਿਲਕੁਲ ਉਹ ਟੈਡ ਬੰਦੇ ਦੇ ਕੋਲ ਉਹ ਪਾਵਨਮਾ ਉਹ ਐਂਗਰ ਵੀ ਤੁਹਾਡੇ ਚ ਆਊਗਾ ਪਰ ਆਪਾਂ ਗਾਂ ਗੱਲ ਕਰਾਂਗੇ ਵੀ ਜਿਹੜਾ ਉਹ ਐਂਗਰ ਤੁਹਾਡੇ ਵਿੱਚ ਆਊਗਾ ਉਹਨੂੰ ਅਸੀਂ ਮੈਨੇਜ ਉਹਨੂੰ ਅਸੀਂ ਦੇਖਣਾ ਕਿਵੇਂ ਉਹਨੂੰ ਅਸੀਂ ਨਾਈਫ ਦੀ ਤਰ੍ਹਾਂ ਜਿਵੇਂ ਅਸੀਂ ਨਾਈਫ ਨੂੰ ਯੂਜ਼ ਕਰਦੇ ਫਰੂਟ ਕੱਟਣ ਲਈ ਸੈਲਡ ਕੱਟਣ ਲਈ ਸੀ ਵਿਆਹਾਂ ਤੇ ਜਾਂਦੇ ਵਧੀਆ-ਵਧੀਆ ਰੱਖੇ ਹੁੰਦੇ ਆ ਓਵੇਂ ਅਸੀਂ ਐਂਗਰ ਸਾਡੀ ਲਾਈਫ ਦੇ ਵਿੱਚ ਇੱਕ ਬਹੁਤ ਵਧੀਆ ਰੋਲ ਵੀ ਪਲੇ ਕਰ ਸਕਦਾ ਜਿਸ ਤਰੀਕੇ ਨਾਲ ਸਾਡੇ ਕੋਲੇ ਬਹੁਤ ਸਾਰੇ ਚਾਕੂ ਦੇ ਚੰਗੇ ਉਪਯੋਗ ਵੀ ਹੈਗੇ ਆ ਜਿੱਥੇ ਚਾਕੂ ਕਿਸੇ ਦੀ ਜਾਨ ਵੀ ਲੈ ਸਕਦਾ ਉਸੇ ਤਰ੍ਹਾਂ ਗੁੱਸੇ ਦੇ ਚੰਗੇ ਉਪਯੋਗ ਵੀ ਹੈਗੇ ਕਈ ਉਹ ਕੀ ਨੇ ਹਾਂਜੀ ਇਹ ਪਹਿਲਾਂ ਮੈਂ ਤੁਹਾਨੂੰ ਦੱਸਣਾ ਕਿ ਆ ਉਹ ਕਹਿੰਦੇ ਕਿ ਤੁਸੀਂ ਇੱਕ ਆਦਮੀ ਹਾਈਲੀ ਡਿਪਰੈਸ਼ਨ ਦੇ ਰਿਸਕ ਤੇ ਆ ਜਾਂ ਹੋਰ ਫਿਜ਼ੀਕਲ ਬਿਮਾਰੀਆਂ ਦੇ ਰਿਸਕ ਤੇ ਆ ਜੇ ਉਹਨੇ ਆਪਦੇ ਬਚਪਨ ਦੁੱਖੀ ਬਾਰੇ ਕਦੇ ਕਿਸੇ ਕੋਲ ਗੱਲ ਨਹੀਂ ਕੀਤੀ ਹੂੰ ਹੂੰ ਜੇ ਉਹ ਆਪਦੇ ਬਚਪਨ ਦੇ ਵਿੱਚ ਉਹਨੇ ਕੀ ਮਹਿਸੂਸ ਕੀਤਾ ਉਹਨੇ ਕਦੇ ਕਿਸੇ ਕੋਲ ਖੁੱਲਿਆ ਨਹੀਂ ਉਹ ਤੇ ਉਹਦੇ ਡਿਪਰੈਸ਼ਨ ਦੇ ਚਾਂਸਸ ਜ਼ਿਆਦੇ ਨੇ ਜੇ ਉਹਦਾ ਰਿਸ਼ਤਾ ਟੁੱਟਿਆ ਜਾਂ ਰਿਸ਼ਤੇ ਦੇ ਵਿੱਚ ਉਹ ਜੋ ਮਹਿਸੂਸ ਕਰ ਰਿਹਾ ਉਹ ਕਿਸੇ ਨਾਲ ਸ਼ੇਅਰ ਨਹੀਂ ਕਰ ਰਿਹਾ ਤੇ ਉਹਦੇ ਡਿਪਰੈਸ਼ਨ ਦੇ ਸੁਸਾਈਡ ਦੇ ਚਾਂਸਸ ਬਹੁਤ ਹਾਈ ਹੋ ਜਾਂਦੇ ਨੇ ਜਾਂ ਜੇ ਉਹਨੂੰ ਕੋਈ ਫਾਈਨੈਂਸ਼ੀਅਲ ਡਿਫਿਕਲਟੀ ਅਨਪਲੋਇਮੈਂਟ ਆ ਰਹੀ ਹੈ ਤੇ ਉਹ ਆਪ ਦੀ ਸ਼ੇਅਰ ਨਹੀਂ ਕਰ ਸਕਿਆ ਕਿਸੇ ਨਾਲ ਗੱਲਬਾਤ ਨਹੀਂ ਕਰ ਸਕਿਆ ਸੋ ਜੇ ਇਹਨਾਂ ਤਿੰਨਾਂ ਚੀਜ਼ਾਂ ਬਾਰੇ ਤੁਸੀਂ ਕਦੇ ਆਪ ਗੱਲਬਾਤ ਨਹੀਂ ਕਿਸੇ ਕੋਲ ਕਰ ਸਕੇ ਤਾਂ ਚਾਂਸਸ ਆਰ ਹੋ ਸਕਦਾ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਓ ਹਾਂਜੀ ਸੋ ਜਿਵੇਂ ਅਸੀਂ ਗੁੱਸਾ ਕਹਿ ਰਹੇ ਸੀ ਮਿਸਟਰ ਤင် ਤੁਸੀਂ ਇੱਕ ਐਗਜ਼ਾਮਪਲ ਆਪਾਂ ਕਰਦੇ ਹਾਂ ਯੂ ਨੋ ਇੱਕ ਹਸਬੰਡ ਵਾਈਫ ਰਹਿ ਰਹੇ ਨੇ ਮੇਰੇ ਕੋਲ ਇਦਾਂ ਦੇ ਹੀ ਕੇਸਸ ਹੁੰਦੇ ਆ ਜੋ ਮੈਂ ਉਹਨਾਂ ਚੋਂ ਐਗਜ਼ਾਮਪਲ ਯੂਜ਼ ਕਰਦੀ ਆ ਤੇ ਇੱਕ ਹਸਬੰਡ ਬਹੁਤ ਕਮਿਟਿਡ ਆ ਤੇ ਬੜਾ ਓਨੈਸਟ ਆ ਤੇ ਬਹੁਤ ਇਨਵੈਸਟਡ ਆ ਰਿਸ਼ਤੇ ਦੇ ਵਿੱਚ ਤੇ ਜਿਹੜੀ ਵਾਈਫ ਆ ਉਹ ਰਿਸ਼ਤੇ ਦੇ ਵਿੱਚ ਉਹ ਕਿਸੇ ਹੋਰ ਨਾਲ ਚਲੇ ਜਾਂਦੇ ਆ ਹਾਂ ਹਾਂ ਤੇ ਹੁਣ ਇੱਕ ਜਿਹੜਾ ਆਦਮੀ ਆ ਉਦੇ ਅੰਦਰ ਇੱਕ ਮੈਕੈਨਿਜ਼ਮ ਸਿਸਟਮ ਲੱਗਿਆ ਹੋਇਆ ਸਾਡੇ ਵਿੱਚ ਅੱਛਾ ਜੀ ਜਿਹੜਾ ਕਿ ਗੁੱਸਾ ਸਾਨੂੰ ਦਿਖਾਉਂਦਾ ਵੀ ਮੇਰੀ ਬਾਉਂਡਰੀ ਕ੍ਰੋਸ ਹੋਈ ਵੀ ਆ ਹੂੰ ਜਿੱਥੇ ਮੈਂ ਫੁਲੀ ਕਮਿਟਿਡ ਸੀਗਾ ਉਹ ਬਾਉਂਡਰੀ ਦੇ ਵਿੱਚ ਮੈਨੂੰ ਕੋਈ ਹੋਰ ਆ ਗਿਆ ਹੂੰ ਗੁੱਸੇ ਤੋਂ ਬਿਨਾਂ ਸਾਨੂੰ ਕਿਵੇਂ ਪਤਾ ਲੱਗੋ ਹਰ ਚੀਜ਼ ਅਸੀਂ ਭਾਵਨਾਵਾਂ ਕਰਕੇ ਕਰਦੇ ਆਂ ਜੇ ਅਸੀਂ ਕੰਮ ਤੇ ਜ਼ਿਆਦਾ ਕਰਦੇ ਤਾਂ ਵੀ ਅਸੀਂ ਭਾਵੁਕ ਹੋ ਕੇ ਕਰਦੇ ਜੇ ਕੰਮ ਤੋਂ ਘਰੇ ਰਹਿਨੇ ਤਾਂ ਵੀ ਭਾਵਨਵਾ ਜੇ ਕੋਈ ਕੰਮ ਤੇ ਬਾਹਰ ਜਾਂਦੇ ਤਾਂ ਵੀ ਹਰ ਕੰਮ ਪਿੱਛੇ ਸਾਡੀ ਉਹ ਕਹਿੰਦੇ ਨਾ ਈਮੋਸ਼ਨ ਈਮੋ ਈਮੋਸ਼ਨ ਦਾ ਮਤਲਬ ਆ ਭਾਵਨਵਾ ਸਾਨੂੰ ਐਕਸ਼ਨ ਵੱਲ ਕਰਦੀ ਆ ਸਮਝਿਓ ਸੋ ਜਿਵੇਂ ਅਸੀਂ ਕਿਹਾ ਕਿ ਜਿਵੇਂ ਇਹ ਵਾਈਫਾਈ ਕਿਸੇ ਹੋਰ ਨੂੰ ਪਿਆਰ ਕਰਨ ਲੱਗ ਗਏ ਤੇ ਜਿਹੜਾ ਹਸਬੈਂਡ ਆ ਉਹਦੇ ਅੰਦਰਲੇ ਮੈਕੈਨਿਜ਼ਮ ਨੇ ਉਹਨੂੰ ਦੱਸਿਆ ਗੁੱਸੇ ਨੇ ਉਹਨੂੰ ਦੱਸਿਆ ਗੁੱਸੇ ਨੇ ਪਹਿਲਾਂ ਕੀ ਦੱਸਿਆ ਵੀ ਬਹੁਤ ਹਰਟ ਆ ਗੁੱਸੇ ਨੇ ਇਨਫੋਰਮੇਸ਼ਨ ਦਿੱਤੀ ਵੀ ਤੇਰੇ ਅੰਦਰ ਬਹੁਤ ਜ਼ਿਆਦਾ ਦੁੱਖਾ ਹੁਣ ਤੂੰ ਇਕੱਲਾ ਮਹਿਸੂਸ ਕਰ ਰਿਹਾ ਵਾ ਤੇਰੇ ਨਾਲ ਧੋਖਾ ਹੋਇਆ ਵਾ ਤੇਰੇ ਨਾਲ ਡਿਸਹੋਨੈਸਟੀ ਮਹਿਸੂਸ ਹੋਇਆ ਤੇ ਵਾਈ ਹੋਈ ਤੇ ਜੇ ਗੁੱਸਾ ਹੀ ਨਾ ਹੋਊ ਉਹਨੂੰ ਇਹ ਪਤਾ ਲੱਗੂਗਾ ਨਹੀਂ ਲੱਗੂਗਾ ਨਾ ਪਤਾ ਸੋ ਇੱਕ ਆਪ ਦੇ ਅੰਦਰ ਉਹਦੇ ਹੋ ਰਿਹਾ ਜੋ ਚੀਜ਼ਾਂ ਵੀ ਤੂੰ ਟੁੱਟਿਆ ਵਿਆ ਵਾ ਇਹ ਸੰਕੇਤ ਆ ਗੁੱਸਾ ਵੀ ਤੇਰੀ ਬਾਉਂਡਰੀ ਟੁੱਟੀ ਆ ਸੰਕੇਤ ਆ ਗੁੱਸਾ ਤੇ ਜੇ ਹੁਣ ਇਹ ਸੰਕੇਤ ਨੂੰ ਅਸੀਂ ਨਹੀਂ ਲਵਾਂਗੇ ਜਿਵੇਂ ਸਰੀਰ ਨੂੰ ਸਾਨੂੰ ਬਿਮਾਰੀ ਹੋਵੇ ਜਿੱਦ ਤੱਕ ਅਸੀਂ ਸਿੰਪਟਮ ਨੂੰ ਰੈਕੋਗਨਾਈਜ਼ ਹੀ ਨਾ ਕਰੀਏ ਤੇ ਬਿਮਾਰੀ ਨੇ ਵਧਣਾ ਵਾ ਹੁਣ ਉਸ ਗੁੱਸੇ ਨੂੰ ਕੀ ਸ਼ੇਪ ਦੇਣੀ ਆ ਹਾਂਜੀ ਸੋ ਅਕਸਰ ਕੀ ਹੁੰਦਾ ਵਾ ਜਿਹੜਾ ਜਿਸ ਗੁੱਸੇ ਨੂੰ ਅਸੀਂ ਵੇਖਿਆ ਵਾ ਯਾ ਗੁੱਸਾ ਆਦਮੀ ਨੂੰ ਆ ਗਿਆ ਤੇ ਫਿਰ ਇਸ ਤੋਂ ਬਾਅਦ ਕੁੱਟਮਾਰ ਹੋ ਜਾਂਦੀ ਜਾਂ ਵਾਇਲੈਂਸ ਹੋ ਜਾਂਦਾ ਵਾ ਜਾਂ ਜੇ ਵਾਇਲੈਂਸ ਵੀ ਨਾ ਹੋ ਜਾਵੇ ਤੇ ਉਹ ਪਾਸੇ ਹੋ ਜਾਵੇ ਪਰ ਉਹ ਅੰਦਰੋਂ ਜਿਹੜੀਆਂ ਚੀਜ਼ਾਂ ਮਹਿਸੂਸ ਕੀਤੀਆਂ ਉਸ ਰਿਸ਼ਤੇ 'ਚ ਉਹ ਕਦੇ ਨਹੀਂ ਕੱਟਦਾ ਨੋ ਉਹ ਜਾਏਗਾ ਉਹ ਆਪਣੇ ਰਕੀਬ ਨੂੰ ਫੜੇਗਾ ਉਹਦੇ ਤੇ ਇੱਕ ਸੱਨ ਮਾਰੇਗਾ ਉਹਦੇ ਮੂੰਹ ਤੇ ਜਾਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਕਰੇਗਾ ਜਾਂ ਬਹੁਤ ਅਨ ਹੈਲਥੀ ਹੋ ਸਕਦਾ ਯੂ نو ਬਹੁਤ ਜ਼ਿਆਦਾ ਕਿਸੇ ਦੀ ਜਾਨ ਵੀ ਲੈ ਲਵੇ ਹਮ ਯੂ نو ਇਹ ਵੀ ਹੋ ਸਕਦਾ ਵਾ ਜਾਂ ਪੁਲਿਸ ਕਿਸੇ ਵੀ ਇਨ ਸਿਸਟਮ ਦੇ ਵਿੱਚ ਨਾ ਵੀ ਪਵੇ ਤਾਂ ਘਰੇ ਹੀ ਬਹੁਤ ਵੱਡਾ ਚੀਜ਼ਾਂ ਯੂ نو ਖਰਾਬ ਕਰਨ ਲੱਗ ਪਈ ਜਾਂ ਸਿੱਟਣ ਲੱਗ ਪਈ ਜਾ ਕੇ ਉਸ ਦੂਸਰੇ ਆਦਮੀ ਨੂੰ ਇਹ ਨਹੀਂ ਕਹੇਗਾ ਕਿ ਦੇਖ ਤੂੰ ਮੇਰਾ ਦਿਲ ਤੋੜਿਆ ਔਰ ਮੈਂ ਬਹੁਤ ਦੁਖੀ ਹਾਂ ਇਸ ਗੱਲ ਤੋਂ ਮੈਂ ਰਾਤ ਰੋਂਦਾ ਰਿਹਾ ਮੈਂ ਸੌ ਨਹੀਂ ਸਕਿਆ meri neen jandi rahi tu is karke piche hat ja ya koi astro di gall nahi honi oh apni i mean tusi dusra aadmi ta dur karo apni wife nu nahi keh sakuga no absolutely not nai keh kauga and apni wife nu sirf gussa dikhaauga and jadon koi gussa dikhaunda te assi dur jande par je thonu sanu koi eh kave bhi mera dil tuttya ve te mai kalla va tere bina te fir sada ji karda na usde neede jaan nu hmm ਪਰ ਜੇ ਸਾਨੂੰ ਕਹਵੇ ਕਿ ਮੈਂ ਹੁਣ ਨਾ ਆਪ ਜਿਉਣਾ ਨਾ ਮੈਂ ਦੂਜੇ ਨੂੰ ਜਿਉਣ ਦੇਣਾ ਵਾ ਫਿਰ ਸਾਨੂੰ ਡਰ ਲੱਗਦਾ ਬੱਚਿਆਂ ਨੂੰ ਵੀ ਡਰ ਲੱਗਦਾ ਬਦਲਾਂ ਵਾਂ ਵਾਈਫ ਨੂੰ ਵੀ ਡਰ ਲੱਗਦਾ ਸੋ ਇਹ ਜਿਹੜਾ ਗੁੱਸਾ ਵਾ ਇਸ ਇਸ ਗੁੱਸੇ ਨੇ ਉਹਨੂੰ ਦੱਸਿਆ ਵੀ ਤੁਹਾਡੇ ਰਿਸ਼ਤੇ ਦੇ ਵਿੱਚ ਕੁਝ ਸਹੀ ਨਹੀਂ ਹੋ ਰਿਹਾ ਜਿਸ ਰਿਸ਼ਤੇ ਦੇ ਵਿੱਚ ਤੂੰ ਹੈ ਉਹਦੇ ਤੇ ਜਾਂਦਾ ਥੋੜੀਆਂ ਐਕਸਪੈਕਟੇਸ਼ਨਸ ਉਹ ਰਿਸ਼ਤਾ ਹੈਲਥੀ ਸਰਕਮਸਟੈਂਸਸ ਦੇ ਵਿੱਚ ਨਹੀਂ ਹੋ ਰਿਹਾ ਜਿਵੇਂ ਸਾਡੀ ਬਾਡੀ ਸਾਨੂੰ ਦੱਸ ਦਿੰਦੀ ਨਾ ਜਦੋਂ ਕਈ ਵਾਰ ਕੋਈ ਫੂਡ ਖਾਈਏ ਤੇ ਗਲਤ ਰਿਐਕਸ਼ਨ ਦਿੰਦੀ ਉਵੇਂ ਗੁੱਸਾ ਸਾਨੂੰ ਦੱਸ ਰਿਹਾ ਵਾ ਹਨ ਸੋ ਜਦੋਂ ਅਸੀਂ ਇਸ ਗੁੱਸੇ ਨੂੰ ਹੀ ਦੇਖਣ ਲੱਗੇ ਵੀ ਸਾਡੇ ਅੰਦਰ ਕੀ ਆ ਯੂ نو ਰਿਲੇਸ਼ਨਸ਼ਿਪ ਤੋਂ ਪਹਿਲਾਂ ਵੀ ਸ਼ਾਇਦ ਅਸੀਂ ਟੁੱਟੇ ਟੱਟੇ ਸੀ ਅਸੀਂ ਦੋ ਜਣੇ ਤਾਂ ਘਰੇ ਰਹਿ ਰਹੇ ਸੀ ਪਰ ਇੱਕ ਦੂਜੇ ਨਾਲ ਸਾਡੀ ਗੱਲਬਾਤ ਨਹੀਂ ਸੀ ਸਮਝਦੇ ਹੋ ਜਦੋਂ ਮਿਸਟਰ ਥਿੰਡ ਸਾਡੇ ਨੂੰ ਰਿਸ਼ਤੇ ਦੀਆਂ ਲੋੜਾਂ ਸਾਨੂੰ ਨਹੀਂ ਮਿਲਦੀਆਂ ਸਾਡੇ ਅੰਦਰ ਇਹ ਗੁੱਸਾ ਫਰਸਟ੍ਰੇਸ਼ਨ ਕਿਉਂਕਿ ਰਿਸ਼ਤੇ ਅਸੀਂ ਕਿਉਂ ਬਣਾਉਣੇ ਆ ਅਵਦੇ ਮਾਨਸਿਕ ਲੋੜਾਂ ਇੱਕ ਇੱਕ ਸੇਫਟੀ ਮਹਿਸੂਸ ਹੁੰਦੀ ਹੈ ਨਾ ਹੈ ਨਾ ਸੋ ਜਦੋਂ ਸਾਨੂੰ ਰਿਸ਼ਤੇ ਚ ਸੇਫਟੀ ਨਹੀਂ ਮਿਲਦੀ ਜਾਂ ਰਿਸ਼ਤੇ ਚ ਸੁੱਖ ਨਹੀਂ ਮਿਲਦਾ ਤੇ ਸਾਡੀ ਬਾਡੀ ਸਾਡਾ ਜਿਹੜਾ ਇਮੋਸ਼ਨਲ ਮੈਕੈਨਿਜ਼ਮ ਉਹ ਸਾਨੂੰ ਦੱਸਣ ਲੱਗ ਜਾਂਦਾ ਹੂੰ ਕੀ ਇੱਥੇ ਤੋਂ ਹੈਲਥੀ ਤੇਰੀ ਸੇਫਟੀ ਇੱਥੇ ਤੇਰੀ ਮੈਂਟਲ ਸੇਫਟੀ ਇੱਥੇ ਰਿਸ਼ਤੇ ਦੇ ਵਿੱਚ ਜਾਂ ਤਾਂ ਤੈਨੂੰ ਛੱਡਣਾ ਵਾ ਜਾਂ ਤੂੰ ਇਹਨੂੰ ਹਨ ਹੈਲਥੀ ਬਣਾਉਣਾ ਜਾਂ ਤੂੰ ਆਪ ਬਦਲਣਾ ਵਾ ਹੂੰ ਯੂ نو ਕਈ ਚੀਜ਼ਾਂ ਹੋ ਸਕਦੀਆਂ ਮੈਂ ਤੂੰ ਮਦਦ ਲੈਣੀ ਹੈ ਜਿਵੇਂ ਅਸੀਂ ਡਾਕਟਰ ਦੀ ਮਦਦ ਲੈਣੀ ਹੈ ਸਰੀਰਕ ਤੌਰ ਤੇ ਵੀ ਯੂ نو ਹੁਣ ਮੈਂ ਘਰੇ ਰੈਮੇਡੀਜ਼ ਕਰਕੇ ਦੇਖ ਲਈਆਂ ਕਰੇ ਹਾਂ ਘਰੇ ਮੈਂ ਟਾਂਕੇ ਟੱਪੇ ਲਾ ਕੇ ਦੇਖ ਲਵੇ ਜੁਆਣ ਵਾਲਾ ਪਾਣੀ ਪੀ ਕੇ ਦੇਖ ਲਿਆ ਆਲ ਦੈਟ ਪਰ ਹਜੇ ਵੀ ਠੀਕ ਨਹੀਂ ਹੋ ਰਿਹਾ ਤੇ ਮੈਨੂੰ ਹੁਣ ਜਾਣਾ ਪੈਣਾ ਮੈਂ ਯੂ نو ਡਾਕਟਰ ਦੇ ਸੋ ਇਹੀ ਜਿਹੜੀ ਮੈਂਟਲ ਹੈਲਥ ਦੀ ਆ ਇਹੀ ਇਮੋਸ਼ਨਲ ਹੈਲਥ ਦੀ ਆ ਕਿ ਤੁਹਾਡੇ ਅੰਦਰ ਜੇ ਕਨਸਟੈਂਟਲੀ ਤੁਹਾਨੂੰ ਆਪਦੇ ਵਾਈਫ ਤੇ ਗੁੱਸਾ ਚੜ ਰਿਹਾ ਕੌਨਸਟੈਂਟਲੀ ਤੁਹਾਨੂੰ ਆਪਣੇ ਹਸਬੰਦ ਤੇ ਵੀ ਗੁੱਸਾ ਚੜਦਾ ਬੱਚਿਆਂ ਤੇ ਕੌਨਸਟੈਂਟਲੀ ਗੁੱਸਾ ਚੜ ਲਿਆ ਇਹਦਾ ਮਤਲਬ ਤੁਹਾਡੇ ਅੰਦਰ ਚੀਜ਼ਾਂ ਜਿਹੜੀਆਂ ਤੁਸੀਂ ਮਹਿਸੂਸ ਕਰ ਰਹੇ ਹੋ ਪਰ ਬਾਹਰ ਨਹੀਂ ਨਿਕਲ ਰਹੀਆਂ ਇਹਨੂੰ ਤੁਹਾਨੂੰ ਪ੍ਰੋਪਰ ਹੈਲਪ ਲੈਣੀ ਪੈਣੀ ਹੈ ਪਰ ਇੱਕ ਸੰਕੇਤ ਮੰਨੋ ਅੱਛਾ ਜੀ ਜਿਵੇਂ ਸੰਕੇਤ ਅਸੀਂ ਮੰਨਦੇ ਵੀ ਜਦੋਂ ਸਾਨੂੰ ਕੌਫ ਆਉਂਦੀ ਖੰਗ ਆਉਂਦੀ ਤੇ ਸਾਡੇ ਲੰਗਸ 'ਚ ਕੋਈ ਪ੍ਰੋਬਲਮ ਆ ਤੇ ਇਸ ਗੁੱਸੇ ਦਾ ਸੰਕੇਤ ਮੰਨੋ ਵੀ ਕਿਤੇ ਨਾ ਕਿਤੇ ਮੇਰੀ ਮਾਨਸਿਕ ਦਸ਼ਾ ਜਾਂ ਮੇਰਾ ਨਜ਼ਰੀਆ ਮੇ ਵੀ ਮੈਨੂੰ ਨਜ਼ਰੀਆ ਠੀਕ ਕਰਨ ਦੀ ਲੋੜ ਆ ਮੇਰੇ ਅੰਦਰ ਕੋਈ ਤੂਫਾਨ ਚੱਲ ਰਿਹਾ ਮੇਰੇ ਅੰਦਰ ਕੋਈ ਤੂਫਾਨ ਚੱਲ ਰਿਹਾ ਮੇਰੇ ਰਿਸ਼ਤੇ ਦੇ ਵਿੱਚ ਤੂਫਾਨ ਚੱਲ ਰਿਹਾ ਮੇਰੀਆਂ ਲੋੜਾਂ ਯੂ نو ਫਾਰ ਇਗਜ਼ਾਮਪਲ ਲੈਟਸ ਸੇ ਇੱਕ ਆਦਮੀ ਆ ਯੂ نو ਉਹ ਹਮੇਸ਼ਾ ਹਰਕ ਦੀ ਕੇਅਰ ਕਰਦਾ ਵਾ ਆਪ ਦੀ ਕੇਅਰ ਤੋਂ ਬਣਾਉ ਹਰਕ ਦੀ ਕੇਅਰ ਕਰਦਾ ਤੇ ਹਰ ਜਾਣਾ ਕੋਈ ਵੀ ਕੰਮ ਹੁੰਦਾ ਉਹਨੂੰ ਕਰਦਾ ਤੇ ਹੁਣ ਉਹਨੂੰ ਕੀ ਹੋ ਗਿਆ ਕਿ ਕਾਫੀ ਚਿਰ ਜੋ ਤੁਸੀਂ ਕਰਦੇ ਰਹਿੰਦੇ ਨੇ ਨਾ ਉਦੋਂ ਬਾਅਦ ਤੁਹਾਨੂੰ ਗੁੱਸਾ ਚੜਨ ਲੱਗ ਜਾਂਦਾ ਜੇ ਤੁਹਾਨੂੰ ਕੋਈ ਕਹਿੰਦਾ ਵੀ ਮੇਰਾ ਕੰਮ ਕਰ ਦੇ ਤੇ ਤੁਹਾਨੂੰ ਗੁੱਸਾ ਕਿ ਚੜਨ ਲੱਗ ਜਾਂਦਾ ਇਹ ਸੰਕੇਤ ਆ ਇੱਕ ਸਾਈਨ ਆ ਵੀ ਤੂੰ ਆਪ ਦੇ ਅੰਦਰ ਦੀ ਕੋਈ ਚੀਜ਼ ਇਗਨੋਰ ਕਰ ਰਿਆ ਹੂੰ ਤੇਰੀ ਕਪੈਸਿਟੀ ਜੇ ਯੂ نو 10 ਕੰਮ ਕਰਨ ਦੀ ਹੈ ਤੇ ਤੂੰ 20 ਕੰਮ ਕਰ ਰਿਆ ਵਾ ਦੂਜਿਆਂ ਦੇ ਆਪਦਾ ਨਹੀਂ ਕਰ ਰਿਆ ਆਪਦਾ ਨਹੀਂ ਕਰ ਰਿਆ ਤੇ ਜਿਹੜਾ ਤੇਰਾ ਅੰਦਰਲਾ ਸਿਸਟਮ ਉਹ ਸਫਰ ਕਰ ਰਿਹਾ ਸੰਕੇਤ ਆ ਹੂੰ ਤੇ ਉੱਥੇ ਜੇ ਅਸੀਂ ਸਟਾਪ ਕਰਕੇ ਆਪਦੀ ਬਾਡੀ ਦੇ ਨਾਲ ਜੁੜੀਏ ਆਪਦੇ ਅੰਦਰ ਦੇ ਨਾਲ ਜੁੜੀਏ ਹੂੰ ਯੂ نو ਜਿਹੜਾ ਕਿ ਯੂ نو ਆਪਾਂ ਆਫੇਅਰ ਵੀ ਗੱਲ ਕਰਦੇ ਸੀ ਮੈਂ ਅਕਸਰ ਕਲਾਇੰਟ ਨੂੰ ਕਹਿੰਨੀ ਹੁੰਦੀ ਕਿ ਤੁਸੀਂ ਇਹ ਦੇਖੋ ਵੀ ਜਦੋਂ ਬਚਪਨ ਚ ਤੁਸੀਂ ਗੁੱਸੇ ਬਾਰੇ ਕੀ ਸਿੱਖਿਆ? ਉਹ ਕਹਿੰਗੇ ਨਹੀਂ ਸਾਨੂੰ ਗੁੱਸਾ ਚੜਿਆ ਹੀ ਨਹੀਂ ਕਿਤੇ। ਮੈਂ ਸਮਝਦੀ ਆ ਕਿਉਂਕਿ ਅਸੀਂ ਚਾਹੁੰਦੇ ਨਹੀਂ ਵੀ ਅਸੀਂ ਇਹ ਦੱਸੀਏ ਕਿਸੇ ਨੂੰ ਜਾਂ ਕਾਉਂਸਲਰ ਵੀ ਫॉर दैट ਮੈਟਰ ਕਿ ਸਾਡੀਆਂ ਫੈਮਲੀਆਂ ਦੇ ਵਿੱਚ ਸਾਡਾ ਫਾਦਰ ਗੁੱਸੇ ਨਾਲ ਸਾਡੀ ਮਦਰ ਨੂੰ ਕੁੱਟਦਾ ਹੁੰਦਾ ਸੀ ਜਾਂ ਸਾਡਾ ਫਾਦਰ ਚੀਜ਼ਾਂ ਚਲਾ ਕੇ ਮਾਰਦਾ ਹੁੰਦਾ ਸੀ। ਅਸੀਂ ਨਹੀਂ ਕਹਿਣਾ ਮੰਗਦੇ ਸੀ ਕਹਿੰਦੇ ਉਹ ਪਰਫੈਕਟ ਸੀ। ਹੈਨਾ? ਪਰ ਇਹ ਜ਼ਰੂਰੀ ਹੈ ਕਿ ਅਸੀਂ ਰਿਫਲੈਕਟ ਕਰੀਏ ਕਿ ਅਸੀਂ ਗੁੱਸੇ ਦੀਆਂ ਉਦਾਹਰਨਾਂ ਕਿਹੋ ਜਿਹੀਆਂ ਵੇਖੀਆਂ ਹੋਈਆਂ। ਅਸੀਂ ਗੁੱਸੇ ਨੂੰ ਵਰਦਾ ਕਿਵੇਂ ਵੇਖਿਆ ਹੋਇਆ? ਉਹ ਰੋਜ਼ ਜਿਹੜੇ ਅਕਸ ਨੇ ਮਨ ਦੇ ਉੱਤੇ ਪਏ ਹੋਏ ਬਚਪਨ ਤੋਂ ਹੀ ਹੋਰ ਤੁਹਾਨੂੰ ਕਈ ਚੀਜ਼ਾਂ ਤੋਂ ਬੋਲ ਉਹ ਖਾ ਕਰਦੇ ਜਾਂ ਰੈਸਟ੍ਰਿਕਟ ਕਰ ਦਿੰਦੇ। 언ਹੈਲਥੀ ਗੁੱਸਾ ਡੈਮੇਜ ਕਰਦਾ ਸਾਡੇ ਰਿਸ਼ਤਿਆਂ ਨੂੰ। ਯੂ نو ਜਿਵੇਂ ਨਾਈਫ ਇੱਕ ਡੈਮੇਜ ਕਰਦਾ ਉਹ ਵੀ 언ਹੈਲਥੀ ਗੁੱਸਾ ਵੀ ਜਦੋਂ ਅਸੀਂ ਇਹਨੂੰ ਕਹਿੰਦੇ ਹਾਂ ਡਿਸਟਰਕਟਿਵ ਐਂਗਰ ਇੱਕ ਹੁੰਦਾ ਕੰਸਟਰਕਟਿਵ ਐਂਗਰ ਇੱਕ ਹੁੰਦਾ ਡਿਸਟਰਕਟਿਵ ਡਿਸਟਰਕਟਿਵ ਐਂਗਰ ਦਾ ਮਤਲਬ ਹੈ ਇਹ ਤੁਹਾਡੇ ਆਲੇ-ਦੁਆਲੇ ਦੇ ਲੋਕ ਆ ਜਿਹੜੇ ਉਹਨਾਂ ਨੂੰ ਨੇੜੇ ਨਹੀਂ ਤੁਹਾਡੇ ਲੈ ਕੇ ਹੋਰ ਵੀ ਦੂਰ ਲੈ ਜਾਉਂਦੇ। ਹੂੰ ਕਿਉਂਕਿ ਥੋੜਾ ਬਿਹੇਵੀਅਰ ਡਿਸਟਰਕਟਡ ਐ ਐਗਜ਼ੈਕਟਲੀ ਦੋ ਲੋਕ ਡਰਨ ਲੱਗ ਜਾਂਦੇ ਬੱਚੇ ਵੀ ਤੁਹਾਡੇ ਤੋਂ ਡਰਨ ਲੱਗ ਜਾਂਦੇ ਆ ਸੋ ਅਸੀਂ ਦੇਖਣਾ ਵੀ ਜਿਹੜੀ ਸਾਡੀ ਹਿਸਟਰੀ ਰਹੀ ਐ ਸਾਡੇ ਘਰ ਦੇ ਵਿੱਚ ਸਾਡੇ ਬਾਪ ਨੇ ਜਾਂ ਸਾਡੇ ਮਦਰ ਨੇ ਜਾਂ ਸਾਡੇ ਆਲੇ ਦੁਆਲੇ ਹੋਰ ਜਿਹੜੇ ਮੇਲ ਫਿਗਰ ਸੀ ਉਹਨਾਂ ਨੂੰ ਗੁੱਸਾ ਕਿਵੇਂ ਨਿਕਲਦਾ ਸੀ ਉਹਨਾਂ ਦਾ ਹੂੰ ਐਂਡ ਅਸੀਂ ਕੀ ਦੇਖਿਆ ਉਹ ਗੁੱਸਾ ਐਂਡ ਕੀ ਅਸੀਂ ਡਰਦੇ ਸੀ ਐਜ਼ ਅ ਬਚਪਨ ਦੇ ਵਿੱਚ ਬੱਚੇ ਵੇਖ ਕੇ ਤੇ ਹੁਣ ਕੀ ਮੇਰੇ ਬੱਚੇ ਵੀ ਡਰਦੇ ਪਏ ਉਹ ਚੀਜ਼ ਨੂੰ ਵੇਖ ਕੇ ਕਿਉਂਕਿ ਰਿਪੀਟ ਹੀ ਤਾਂ ਹੋ ਰਿਹਾ ਵਾ ਯਾ ਸੋ ਤੁਸੀਂ ਵੇਖਣਾ ਵੀ ਪਹਿਲਾਂ ਤਾਂ ਆਪਦੇ ਗੁੱਸੇ ਦੇ ਵਿੱਚ ਆਪਦੇ ਅੰਦਰ ਨਾ ਦੇਖਣਾ ਵੀ ਮੇਰੇ ਅੰਦਰ ਇੱਕ ਭਾਵਨਾਵਾ ਮੇਰੇ ਅੰਦਰ ਕੁਝ ਮੈਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਜਾਗ ਨਹੀਂ ਰਿਹਾ ਹੋ ਸਕਦਾ ਤੁਸੀਂ ਬਹੁਤ ਇਕੱਲੇ ਪਣছো ਹੋ ਹੋ ਸਕਦਾ ਇਸ ਰਿਸ਼ਤੇ ਦੇ ਵਿੱਚ ਤੁਸੀਂ 5 10 ਸਾਲ ਰਹਿਪੇ ਪਰ ਅੰਦਰੋਂ ਦਿਲ ਨਹੀਂ ਤੁਸੀਂ ਸ਼ੇਅਰ ਕਰਦੇ ਉਹਦੇ ਨਾਲ ਨਾ ਤੇ ਗੁੱਸਾ ਹੁਣ ਸੁਭਾਵਿਕਾ ਫਰਸਟ੍ਰੇਸ਼ਨ ਐਂਗਰ ਡਿਸਪਾਇੰਟਮੈਂਟ ਔਨੀ ਸੁਭਾਵਿਕਾ 파ਟਰਨਰ ਤੇ ਕਿਉਂਕਿ ਜਿਸ ਚੀਜ਼ ਲਈ ਰਿਸ਼ਤਾ ਬਣਿਆ ਵਾ ਓਵਰੋ ਸਹੈਣੀ ਉਹ ਪਿਆਰ ਨਹੀਂ ਉਹ ਜਿਸ ਚੀਜ਼ ਲਈ ਰਿਸ਼ਤਾ ਬਣਿਆ ਉਹ ਪੂਰੀ ਨਹੀਂ ਕਰ ਰਿਹਾ ਹਾਂ ਹੁਣ ਤੁਸੀਂ ਭੁੱਖੇ ਆ ਤੇ ਤੁਹਾਨੂੰ ਗੁੱਸਾ ਚੜ ਰਿਹਾ ਵਾ ਚੜਦਾ ਨਾ ਭਾਂ ਜਦ ਭੁੱਖੇ ਹੁੰਨੇ ਉਦੋਂ ਹਾਂ ਤੇ ਅਸੀਂ ਕਹੀਏ ਵੀ ਨਹੀਂ ਅਸੀਂ ਭੁੱਖ ਤਾਂ ਨਹੀਂ ਹੁਣ ਸੋਲਵ ਕਰਨੀ ਤੇ ਆਫ ਕੋਰਸ ਜੇ ਤੁਹਾਨੂੰ ਭੁੱਖਾ ਭੁੱਖੇ ਆ ਤੇ ਤੁਹਾਨੂੰ ਯੂ نو ਤੁਹਾਨੂੰ ਅੰਦਰ ਉਹ ਚੀਜ਼ ਤੁਹਾਡੇ ਬਾਡੀ ਅੰਦਰ ਉਹ ਅਗਰੈਸਿਵ ਹੁੰਦੀ ਆ ਤੁਸੀਂ ਦੱਸਣ ਲੱਗੇ ਸੀ ਵੀ ਜਿਵੇਂ ਅਸੀਂ ਚਾਕੂ ਨੂੰ ਚੰਗੀਆਂ ਚੀਜ਼ਾਂ ਲਈ ਵਰਤ ਸਕਦੇ ਆ ਮਾੜੀਆਂ ਚੀਜ਼ਾਂ ਲਈ ਵੀ ਵਰਤ ਸਕਦੇ ਆ ਗੁੱਸੇ ਨੂੰ ਚੰਗੀਆਂ ਚੀਜ਼ਾਂ ਲਈ ਕਿਵੇਂ ਵਰਤਿਆ ਜਾ ਸਕਦਾ ਜਿਵੇਂ ਮਿਸਟਰ ਤਿੰਨ ਜਿ ਗੁੱਸੇ ਨੂੰ ਐਵੇਂ ਵਰਤ ਸਕਦੇ ਕਿ ਅਸੀਂ ਜਿਹੜੇ ਇੱਕ ਬਾਉਂਡਰੀ ਵਿਖੇ ਕਿਤੇ ਨਾ ਕਿਤੇ ਜਦ ਤੁਹਾਨੂੰ ਗੁੱਸਾ ਜੜਦਾ ਨਾ ਸਾਂ ਫੋਰ ਏਗਜ਼ਾਮਪਲ ਲੈ ਸੇ ਇੱਕ ਭਰਾ ਨੇ ਦੂਸਰੇ ਭਰਾ ਦੀ ਜਾਇਦਾਦ ਜ਼ਮੀਨ ਲੈ ਲਈ ਹੂੰ ਤੇ ਹੁਣ ਆਪਾਂ ਕਹੀ ਗੁੱਸਾ ਹੀ ਨਾ ਚੜੇ ਤਾਂ ਨਾਰਮਲ ਨਹੀਂ ਨਾ ਚੜਨਾ ਚਾਹੀਦਾ ਵੀ ਹੈ ਜਿਹੜਾ ਤੁਹਾਡਾ ਹੱਕ ਸੀ ਉਹ ਤੁਹਾਡੇ ਭਰਾ ਨੇ ਜਾਂ ਭੈਣ ਨੇ ਖੋ ਲਿਆ ਖੋ ਲਿਆ ਸੋ ਜੇ ਅਸੀਂ ਸੋਚੀਏ ਵੀ ਕਿਤੇ ਨਾ ਕਿਤੇ ਸਾਡੀ ਬਾਉਂਡਰੀ ਜਿਹੜੀ ਸਾਡੀ ਸੀ ਬਾਉਂਡਰੀ ਤੇ ਬਾਉਂਡਰੀ ਦੇ ਵਿੱਚ ਕਿਸੇ ਨੇ ਸਟੈਪ ਕੀਤਾ ਤੇ ਮੈਨੂੰ ਹਰਟ ਕੀਤਾ ਸੋ ਇਹਦਾ ਜਿਵੇਂ ਕਿ ਆਪਾਂ ਵਾਇਲੈਂਟ ਵੀ ਹੋ ਸਕਦੇ ਆ ਪਰ ਇਹਦੇ ਨਾਲ ਅਸੀਂ ਬੈਠ ਕੇ ਵੀ ਇਹ ਸੈਸ ਦੇਖ ਸਕਦੇ ਵੀ ਸਾਡੀ ਹੁਣ ਬਾਉਂਡਰੀ ਕ੍ਰੋਸ ਹੋਈ ਤੇ ਮੈਂ ਆਪਣੀ ਬਾਉਂਡਰੀ ਨੂੰ ਪ੍ਰੋਟੈਕਟ ਕਿਵੇਂ ਕਰਨਾ ਹਮ ਹਮ ਸਮਝਿਓ ਫੋਰ ਐਗਜ਼ਾਮਪਲ ਤੁਹਾਡੇ ਘਰੇ ਕੋਈ ਯੂ ਨੋ ਕੋਈ ਆਦਮੀ ਆਉਂਦਾ ਵਾ ਤੇ ਹਮੇਸ਼ਾ ਤੁਹਾਡੇ ਬਾਰੇ ਚੰਗਾ ਬੁਰਾ ਕਹਿ ਕੇ ਚਲਾ ਜਾਂਦਾ ਤੇ ਤੁਸੀਂ ਚੁੱਪ ਕਰਕੇ ਸਹਿ ਜਾਂਦੇ ਤੇ ਜਦੋਂ ਚਲਾ ਜਾਂਦਾ ਤੇ ਤੁਹਾਨੂੰ ਗੁੱਸਾ ਚੜ ਜਾਂਦਾ ਤੇਦਾ ਮਤਲਬ ਕੀ ਹੈ ਕਿ ਉਸ ਆਦਮੀ ਨਾਲ ਤੁਹਾਨੂੰ ਬਾਉਂਡਰੀ ਸੈੱਟ ਕਰਨੀ ਪੈਣੀ ਹੈ ਹਮ ਹਮ ਕਿ ਤੁਹਾਡੇ ਅੰਦਰੋਂ ਗੁੱਸਾ ਦੱਸ ਰਿਹਾ ਵੀ ਉਹਦੇ ਨੇੜੇ ਰਹਿਣਾ ਤੇਰੇ ਲਈ ਮਾਨਸਿਕ ਹਾਨੀਕਾਰਕਾ ਹੂੰ ਤੁਸੀਂ ਫਿਰ ਉਹ ਤੋਂ ਦੂਰ ਰਹਿਣਾ ਚਾਹੋਗੇ ਜਾਂ ਦੂਰ ਰੱਖਣਾ ਚਾਹੋਗੇ ਫਿਰ ਡਿਸਟੈਂਸ ਤੁਸੀਂ ਆਪਣੀ ਬਾਉਂਡਰੀ ਬਣਾ ਲਓਗੇ ਕਿ ਮੇਰੀ ਆ ਬਾਉਂਡਰੀ ਐਂਡ ਇਸ ਬਾਉਂਡਰੀ ਦੇ ਵਿੱਚ ਮੈਂ ਇਹਨੂੰ ਲਿਆ ਨਹੀਂ ਸਕਦਾ ਹੂੰ ਹੂੰ ਤੇ ਜੇ ਮੈਂ ਲਿਆਉਂਗਾ ਇਸ ਬਾਉਂਡਰੀ ਦੇ ਵਿੱਚ ਤੇ ਮੈਂ ਕਨਸਟੈਂਟਲੀ ਦੁਖੀ ਹੋਈ ਜਾਊਂਗਾ ਤੇ ਮਾਂ ਤੇ ਐਵੇਂ ਰਿਸ਼ਤੇ ਆ ਹਨਾ ਜਿਸ ਰਿਸ਼ਤੇ ਦੇ ਵਿੱਚ ਤੁਹਾਨੂੰ ਪਤਾ ਤੁਹਾਡ ਜੀਟਿੰਗ ਹੋ ਰਹੀ ਆ ਮੈਂ ਇਸ ਤੁਹਾਡਾ ਅੰਦਰੋਂ ਸੰਕੇਤ ਕਹਿ ਰਿਹਾ ਵੀ ਇਸ ਰਿਸ਼ਤੇ ਨੂੰ ਤੂੰ ਠੀਕ ਕਰ ਇਹ ਐਸ ਰਿਸ਼ਤੇ ਨੂੰ ਛੱਡ ਹਨਾ ਜੇ ਠੀਕ ਕਰਨਾ ਵਾ ਮੇਬੀ ਤੁਸੀਂ ਬੈਠ ਕੇ ਆਪਣੀ ਵਾਈਫ ਦੇ ਨਾਲ ਕਾਉਂਸਲਿੰਗ ਦੇ ਜਾ ਸਕਦੇ ਹੋ ਇੱਕ ਦੂਜੇ ਨੂੰ ਕਹਿ ਸਕਦੇ ਹੋ ਵੀ ਅਸੀਂ ਕਿੰਨੇ ਇੱਕ ਦੂਜੇ ਤੋਂ ਟੁੱਟੇ ਹੋਏ ਹਾਂ ਹਮ ਅਸੀਂ ਪਹਿਲਾਂ ਹੀ ਟੁੱਟੇ ਹੋਏ ਸੀ ਇਸ ਰਿਸ਼ਤੇ ਤੋਂ ਹੋਣ ਦੇ ਨਾ ਤੇਰੀਆਂ ਰਿਸ਼ਤੇ ਦੀਆਂ ਲੋੜਾਂ ਪੂਰੀਆਂ ਹੋ ਸਕੀਆਂ ਨਾ ਮੇਰੀਆਂ ਹੋ ਰਹਿ ਸਕੀਆਂ ਨਾ ਮੈਨੂੰ ਇਹ ਮਹਿਸੂਸ ਹੁੰਦਾ ਵੀ ਜਦੋਂ ਮੈਂ ਘਰੋਂ ਚਲੇ ਜਾਂਦਾ ਤੂੰ ਸੇਫ ਆ ਜਾਂ ਮੈਂ ਸੇਫ ਤੇ ਤੈਨੂੰ ਮੇਰੇ ਬਾਰੇ ਨਹੀਂ ਇਹ ਮਹਿਸੂਸ ਹੁੰਦਾ ਤੇ ਇਹਦਾ ਮਤਲਬ ਸੰਕੇਤ ਆ ਕੁਦਰਤ ਚਾਹੁੰਦੀ ਅਸੀਂ ਤੰਦਰੁਸਤ ਰਿਸ਼ਤਿਆਂ 'ਚ ਰਹੀਏ ਸਾਲੀ ਸਰੀਰ ਚਾਹੁੰਦਾ ਵਾ ਵੀ ਅਸੀਂ ਤੰਦਰੁਸਤ ਰਹੀਏ ਇਸ ਕਰਕੇ ਉਹ ਤੁਹਾਨੂੰ ਸਿੰਪਟਮਸ ਦੇਣ ਲੱਗ ਜਾਂਦਾ ਜੋ ਤੁਸੀਂ ਬਿਮਾਰ ਹੁੰਨੇ ਆ। ਸੋ ਗੁੱਸੇ ਨੂੰ ਹੋਰ ਚੰਗੀਆਂ ਚੀਜ਼ਾਂ ਲਈ ਕਿਵੇਂ ਵਰਤਿਆ ਜਾ ਸਕਦਾ ਇੱਕ ਤਾਂ ਤੁਸੀਂ ਦੱਸਿਆ ਕਿ ਤੁਸੀਂ ਆਪਣੀਆਂ ਬਾਉਂਡਰੀਜ਼ ਸੀਮਤ ਕਰਸੇ ਮਜ਼ਬੂਤ ਕਰ ਸਕਦੇ ਹੋ। ਉਸ ਤੋਂ ਦੂਰ ਕਰ ਸਕਦੇ ਹੋ ਆਪਣੇ ਆਪ ਨੂੰ ਜਿੱਥੋਂ ਤੁਹਾਨੂੰ ਇਸ ਕਿਸਮ ਦਾ ਰਿਐਕਸ਼ਨ ਮਿਲ ਰਿਹਾ ਹੈ। ਹਾਂਜੀ ਇੱਕ ਮਿਸਟਰ ਤਿੰਦ ਸੋਚੇ ਤੁਸੀਂ ਇੱਕ ਜਿਵੇਂ ਤੁਸੀਂ ਕਿਹਾ ਗੁੱਸੇ ਨੂੰ ਅਸੀਂ ਕੰਟਰੋਲ ਨਹੀਂ ਕ ਮੈਨੇਜੇਬਿਲਟੀ ਇੱਕ ਭਾਵਨਾਵਾਂ ਜਿਹੜੀ ਅਸੀਂ ਮੈਨੇਜ ਕਰ ਸਕੀਏ ਸਮਝਿਓ ਸੋ ਉਹ ਮੈਨੇਜ ਅਸੀਂ ਜਿਵੇਂ ਪਹਿਲਾਂ ਮੈਂ ਕਿਹਾ ਹੁਕਾ ਕਿ ਇਸ ਦੇ ਵਿੱਚੋਂ ਗੁੱਸੇ ਦੇ ਥੱਲੇ ਨਾ ਬਹੁਤ ਭਾਵਨਾਵਾਂ ਤੁਹਾਨੂੰ ਮਿਲਣਗੀਆਂ ਇਹ ਤੁਹਾਡੀ ਹਰ ਇੱਕ ਦੀ ਵੱਖਰੀ ਵੱਖਰੀ ਆ ਫੋਰ ਏਗਜ਼ਾਮਪਲ ਜੇ ਤੁਸੀਂ ਬਹੁਤ ਆ ਮੀਨ ਜੇ ਤੁਸੀਂ ਰਿਸ਼ਤੇ ਦੇ ਵਿੱਚ ਚੀਟ ਕੀਤੀ ਹੈ ਤਾਂ ਤੁਹਾਡੇ ਚ ਗਿਲਟ ਬਹੁਤ ਵੱਧ ਗਈ ਕਿਉਂਕਿ ਤੁਹਾਨੂੰ ਦਿਮਾਗ ਤੇ ਆਲਰੇਡੀ ਆਈ ਜਾਂਦਾ ਰਹਿੰਦਾ ਵਾ ਵੀ ਮੈਂ ਗਲਤ ਕੀਤਾ ਮੈਂ ਗਲਤ ਕੀਤਾ ਮੈਂ ਗਲਤ ਕੀਤਾ ਮੈਨੂੰ ਸ਼ਰਮ ਆ ਮੈਨੂੰ ਗਲਤ ਤੱਕ ਮੈਂ ਗਲਤ ਕੀਤਾ ਤੇ ਤੁਹਾਨੂੰ ਨਿੱਕੀ ਨਿੱਕੀ ਚੀਜ਼ ਤੇ ਕਿਸੇ ਹੋਰ ਤੇ ਗੁੱਸਾ ਚੜੀ ਜਾਂਦਾ ਹੂੰ ਹੂੰ ਸੋ ਇਹ ਇਨਫੋਰਮੇਸ਼ਨ ਤੁਹਾਨੂੰ ਦੇ ਰਹੀ ਆ ਕਿ ਤੁਹਾਡੇ ਅੰਦਰ ਗਿਲਟ ਆ ਜਿਹੜੀ ਤੁਹਾਨੂੰ ਰਿਸੋਲਵ ਕਰਨੀ ਪੈਣੀ ਆ ਪਛਤਾਵਾ ਵਾ ਐਂਡ ਮੇਬੀ ਉਹ ਕਾਉਂਸਲਿੰਗ ਸੈਸ਼ਨ ਦੇ ਰਹੀਂ ਜਾਂ ਆਪਦੀ ਹਸਬੰਡ ਵਾਈਫ ਦੇ ਕਿਉਂਕਿ ਜਦੋਂ ਉਹਨਾਂ ਦਾ ਇੱਕ ਵਾਰੀ ਰਿਸ਼ਤਾ ਟੁੱਟਦਾ ਨਾ ਵਿਸ਼ਵਾਸ ਟੁੱਟਦਾ ਫਿਰ ਉਹਨੂੰ ਬਣਾਉਣ ਨੂੰ ਟਾਈਮ ਲੱਗਦਾ ਫਿਰ ਜੇ ਸੀ ਕਾਉਂਸਲਿੰਗ ਦੇ ਵਿੱਚ ਉਹਨਾਂ ਨੂੰ ਟੈਕਨੀਕਸ ਦੱਸਦੇ ਆ ਇੱਕ ਦੂਜੇ ਨੂੰ ਵੀ ਤੁਸੀਂ ਇਹ ਜਿਹੇ ਨਾਲ ਰਿਸ਼ਤਾ ਯੂ نو ਸਟਰੋਂਗ ਬਣਾਓ ਹੀਲ ਕਰੋ ਵਾਪਸ ਵਾਪਸ ਰਿਸ਼ਤੇ ਵਾ ਵਿਸ਼ਵਾਸ ਵਾਪਸ ਰਿਸ਼ਤੇ ਚ ਆ ਜਾਵੇ ਸੇਫਟੀ ਰਿਸ਼ਤੇ ਚ ਵਾਪਸ ਆ ਜਾਵੇ ਹਮ ਹੈਨਾ ਸੋ ਇਹ ਚੀਜ਼ਾਂ ਤੁਸੀਂ ਆਪ ਦਾ ਆਪ ਦਾ ਪਿਕ ਕਰਨਾ ਵਾ ਕਿ ਮੇਰੇ ਗੁੱਸੇ ਦੇ ਥੱਲੇ ਮੇਰੀ ਸਭ ਤੋਂ ਜ਼ਿਆਦਾ ਸਟਰਗਲਿੰਗ ਭਾਵਨਾਵਾਂ ਕਿਹੜੀ ਆ ਉਹਨੂੰ ਰਿਸੋਲਵ ਕੀਤਾ ਤੇ ਉਹਨੂੰ ਰਿਸੋਲਵ ਕਰਨਾ ਫੋਰ ਏਗਜ਼ਾਮਪਲ ਜੇ ਤੁਸੀਂ ਯੂ نو ਜੇ ਤੁਹਾਡੀ ਐਕਸਪੈਕਟੇਸ਼ਨ ਆ ਕਿ ਮੇਰਾ ਮੇਰੀ ਮੇਰਾ ਹਸਬੰਦ ਮੈਨੂੰ ਘੰਟੇ-ਘੰਟੇ ਬਾਅਦ ਫੋਨ ਕਰੇ ਤੇ ਨਹੀਂ ਕਰ ਰਿਹਾ ਜੀ ਤੇ ਤੁਹਾਨੂੰ ਗੁੱਸਾ ਚੜ ਰਿਹਾ ਵਾ ਜਾਂ ਮੇਰੇ ਘੰਟੇ-ਘੰਟੇ ਬਾਅਦ ਮੇਰੀ ਮੈਸੇਜ ਦਾ ਬਸ ਮੈਸੇਜ ਦਾ ਜਵਾਬ ਦੇਵੇ ਤੇ ਉਹ ਨਹੀਂ ਕਰ ਰਿਹਾ ਵਾ ਕਿਸੇ ਕੰਮ ਕਰਕੇ ਇਹਦਾ ਮਤਲਬ ਹੈ ਕਿ ਮੇਰਾ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਆ ਮੈਨੂੰ ਕਿਉਂਕਿ ਇਹ ਅਨਰੀਅਲਿਸਟਿਕ ਐਕਸਪੈਕਟੇਸ਼ਨ ਆ ਕਿ ਕੰਟਾ-ਕੰਟਾ ਬਾਅਦ ਅਗਲਾ ਕੋਈ ਤੁਹਾਨੂੰ ਜਵਾਬ ਦੇਵੇ ਇਹ ਉਹ ਬਦਲਦੀ ਲੋੜ ਹੈ ਚਲੋ ਹਰ 6 ਘੰਟੇ ਬਾਅਦ ਕਰਾਂਗੇ ਐਗਜ਼ੈਕਟਲੀ ਸੋ ਉੱਥੇ ਅਸੀਂ ਦ੍ਰਿਸ਼ਟੀਕੋਣ ਸੋ ਕਈ ਥਾਵਾਂ ਤੇ ਅਸੀਂ ਸਿਚੁਏਸ਼ਨਾਂ ਨੂੰ ਛੱਡਣਾ ਕਈ ਥਾਵਾਂ ਤੇ ਆਪਦੇ ਆਪ ਦੇ ਦ੍ਰਿਸ਼ਟੀਕੋਣ ਨੂੰ ਵੀ ਅਸੀਂ ਬਦਲਣਾ ਵਾ ਕਿਤੇ ਸਾਡੀਆਂ ਅਨਰੀਅਲਿਸਟਿਕ ਐਕਸਪੈਕਟੇਸ਼ਨਸ ਹੁੰਦੀਆਂ ਵਾ ਜੇ ਫੋਰ ਐਗਜ਼ਾਮਪਲ ਤੁਹਾਡੀ ਐਕਸਪੈਕਟੇਸ਼ਨ ਹੈ ਕਿ ਮੇਰਾ ਬੱਚਾ ਵੱਡਾ ਹੋ ਕੇ ਇੱਕ ਡਾਕਟਰ ਹੀ ਬਣਨਾ ਚਾਹੀਦਾ ਯੂ ਨੋ ਕੁਝ ਹੋ ਜਾਵੇ ਡਾਕਟਰ ਹੀ ਬਣਨਾ ਚਾਹੀਦਾ ਇਹਦਾ ਜਦੋਂ ਤੁਹਾਡਾ ਬੱਚਾ ਸੀ ਪਲੱਸ ਲੈ ਆਉਂਦਾ ਤੁਹਾਨੂੰ ਗੁੱਸਾ ਚੜਦਾ ਤੇ ਇੱਥੇ ਕੀ ਹੈ ਇੱਥੇ ਤੁਹਾਡਾ ਅੰਦਰ ਦਾ ਸਿਸਟਮ ਦੱਸ ਰਿਹਾ ਕਿ ਦ੍ਰਿਸ਼ਟੀਕੋਣ ਬਦਲ ਜਿੰਨਾ ਚਿਰ ਆਪ ਦਾ ਅੰਦਰ ਦਾ ਪਰਸਪੈਕਟਿਵ ਨਹੀਂ ਆਪ ਦਾ ਅੰਦਰ ਦਾ ਨਜ਼ਰੀਆ ਨਹੀਂ ਬਦਲੇਗਾ ਉਨਾਂ ਚਿਰ ਕਿ ਗੁੱਸਾ ਬੱਚੇ ਤੇ ਚੜਦਾ ਰਹੂਗਾ ਹਮ ਤੇ ਅੰਦਰ ਦਾ ਸਿਸਟਮ ਕਹਿ ਰਿਹਾ ਨਾ ਵੀ ਤੈਨੂੰ ਰਿਸ਼ਤਾ ਬੱਚੇ ਨਾਲ ਠੀਕ ਰੱਖਣਾ ਅਸੀਂ ਚੰਗਾ ਤਾਂ ਨਹੀਂ ਨਾ ਮਹਿਸੂਸ ਕਰਦੇ ਮਿਸਟਰ ਡਿੰਨੋਂ ਨੇ ਇੱਕ ਹੈਗੀ ਇੱਕ ਹੈਂਡ ਮਾਡਲ ਯੂਜ਼ ਕਰਦੇ ਨੇ ਉਹ ਜੇ ਆਪਣੇ ਸਰੋਤੇ ਵੀਡੀਓ ਵੇਖ ਰਹੇ ਨੇ ਯੂ نو ਲਿਸਨਰਸ ਤਾਂ ਦੇਖ ਲੈਂਦੇ ਆ ਸੋ ਉਹ ਕਹਿੰਦੇ ਜਿਹੜਾ ਆਹ ਨੂੰ ਜੇ ਵੰ ਤੁਸੀਂ ਮੁਠੀ ਨੂੰ ਦੇਖੋ ਨਾ ਆਹ ਵਾਲਾ ਥੋੜਾ ਭਾਵਕ ਦਿਮਾਗ ਆ ਇਹ ਬਹੁਤ ਪੁਰਾਣਾ ਦਿਮਾਗ ਆ ਸਾਡਾ ਤੇ ਆਹ ਸਾਡਾ ਨਵਾਂ ਦਿਮਾਗ ਆ ਜਿਹੜਾ ਉੱਤੇ ਕਵਰ ਕਰ ਜਿਹੜਾ ਉੱਤੇ ਕਵਰ ਕਰਦਾ ਸੋ ਆਹ ਭਾਵਨ ਵਾਂ ਡਰਾਈਵ ਕਰਦਾ ਆ ਸਾਡਾ ਸਹੀ ਜਿਹੜਾ ਦਿਮਾਗ ਆ ਜੀ ਨੂੰ ਜਿਹਨੂੰ ਪਤਾ ਵੀ ਰੈੱਡ ਤੇ ਸਟਾਪ ਅਤੇ ਗ੍ਰੀਨ ਤੇ ਗੋ ਆ ਇਹ ਲੌਜੀਕਲ ਬ੍ਰੇਨ ਇਸ ਨੂੰ ਕਹਿੰਦੇ ਆ ਹੁੰਦਾ ਕੀ ਆ ਕਿ ਜਦੋਂ ਇਹ ਚੀਜ਼ ਟ੍ਰਿਗਰ ਹੋ ਜਾਂਦੀ ਨਾ ਜਿਹਨੂੰ ਐਂਗਰ ਆ ਆ ਆਫਲਾਈਨ ਚ ਰਹਿ ਜਾਂਦਾ ਅੱਛਾ ਜੀ ਯੈਸ ਇਹ ਫੈਕਟ ਜਦੋਂ ਲੋਕੀ ਕਹਿੰਦੇ ਨਾ ਵੀ ਤੇਰਾ ਦਿਮਾਗ ਨਹੀਂ ਸੀ ਕੰਮ ਕਰਦਾ ਜੀ ਹਾਂ ਸਾਡਾ ਗੁੱਸੇ 'ਚ ਦਿਮਾਗ ਨਹੀਂ ਕੰਮ ਕਰਦਾ ਯੂ نو ਰੈਸ਼ਨਲ ਥਿੰਕਿੰਗ ਖਤਮ ਹੋ ਜਾਂਦੀ ਕਿਉਂਕਿ ਉਹ ਟਰਨ ਆਫ ਹੋਇਆ ਹੁੰਦਾ ਫੋਰ ਏਗਜ਼ਾਮਪਲ ਇਹ ਇੱਕ ਨੇਚਰ ਨੇ ਕੁਦਰਤ ਨੇ ਬਣਾਇਆ ਹੋਇਆ ਵੀ ਜਦੋਂ ਸਾਡੇ ਤੇ ਥ੍ਰੈਟ ਆਈ ਹੈ ਨਾ ਤੇ ਸਾਨੂੰ ਸਹੀ ਗਲਤ ਸੋਚਣ ਦਾ ਉਹਨੇ ਟਾਈਮ ਨਹੀਂ ਦਿੱਤਾ ਕਿਉਂਕਿ ਇਹ ਬਹੁਤ ਫਾਸਟ ਆ ਤੁਹਾਡੇ ਪਿੱਛੇ ਸ਼ੇਰ ਆ ਜਾਵੇ। ਯਾ ਤੇ ਤੁਸੀਂ ਇਹ ਦੇਖੋ ਮੈਂ ਕਿਹੜੀ ਬਿਲਡਿੰਗ ਦੇ ਵਿੱਚ ਵੜਨਾ ਮੈਨ ਜਾਂ ਮੈਂ ਥੋੜਾ ਜਿਹਾ ਆਪਦੇ ਆਪ ਨੂੰ ਸਾਹ ਲਵਾਇਆ ਮੈਂ ਤੁਹਾਨੂੰ ਕੁਦਰਤ ਨੇ ਟਾਈਮ ਨਹੀਂ ਦਿੱਤਾ। ਯਾ ਤੇ ਰਨ ਰਨ ਦਿੱਤਾ ਵਾ ਤੁਹਾਡੇ ਤੁਹਾਡੇ ਪਿੱਛੇ ਕੋਈ ਬੰਦਾ ਪੈ ਗਿਆ ਵਾ ਯਾਨੀ ਤੁਹਾਡੇ ਪਿੱਛੇ ਕੋਈ ਹਥਿਆਰ ਲੈ ਕੇ ਪੈ ਗਿਆ ਤੁਹਾਨੂੰ ਕੁਦਰਤ ਨੇ ਟਾਈਮ ਨਹੀਂ ਦਿੱਤਾ ਵੀ ਤੂੰ ਉੱਥੇ ਲੌਜੀਕਲ ਸੋਚਣਾ ਵੀ ਵੀ ਮੈਂ ਕਿਹੜੇ ਹਰੇ ਦਰਵਾਜ਼ੇ ਰਾਹੀਂ ਜਾਵਾਂ ਜਾਂ ਲਾਲ ਉੱਥੇ ਕੁਦਰਤ ਨੇ ਕਿਹਾ ਤੂੰ ਭੱਜ ਤੂੰ ਐਕਟ ਕਰ ਜਿੰਨਾ ਵੀ ਤੂੰ ਐਕਟ ਕਰ ਸਕਦਾ ਵਾ ਸੋ ਇਸ ਕਰਕੇ ਉਹ ਤਾਂ ਕਰਕੇ ਜਿਹੜਾ ਲੌਜੀਕਲ ਦਿਮਾਗ ਹੈ ਨਾ ਸਾਡਾ ਉਹ ਬਹੁਤ ਚੰਗ ਉਹ ਸਲੋ ਆ ਠੀਕ ਹੈ ਜੀ ਹੋਰ ਖੀਰ ਦੇ ਵਿੱਚ ਸਾਨੂੰ ਦੱਸੋ ਕੀ ਕਹਿਣਾ ਚਾਹੋਗੇ ਅੱਜ ਹਾਂਜੀ ਮਿਸਟਰ ਥਿੰਦਾ ਥੋੜੀਆਂ ਮੈਂ ਟਿਪਸ ਵੀ ਦੇਣੀਆਂ ਚਾਹੂੰਗੀ ਸੋ ਜਿਹੜਾ ਗੁੱਸਾ ਨਾ ਜਿਹੜੀ ਸਾਡੀ ਕੋਈ ਵੀ ਭਾਵਨਾ ਆਉਂਦੀ ਆ ਕੋਸ਼ਿਸ਼ ਕਰਿਆ ਕਰੋ ਕਿ ਉਸ ਭਾਵਨਾਵਾਂ ਦੇ ਵਿੱਚ ਆਪਦੀ ਬਾਡੀ ਨੂੰ ਮੂਵ ਕਰਨ ਦੀ ਹੁੰਦਾ ਕੀ ਕਿ ਜਦੋਂ ਤੁਹਾਡੇ ਕੋਈ ਭਾਵਨਾਵਾਂ ਸਟ्रेसਫੁਲ ਭਾਵਨਾਵਾਂ ਆਉਂਦੀ ਆ ਤੁਹਾਡੀ ਬਾਡੀ ਇੱਕ ਸਟ्रेस కెਮਿਕਲਸ ਰਿਲੀਜ਼ ਕਰਦੀ ਆ ਹੁੰਦਾ ਕੀ ਹੈ ਫॉर ਐਗਜ਼ਾਮਪਲ ਜਿਵੇਂ ਹੁਣ ਤੁਸੀਂ ਛੇਰ ਤੁਹਾਡੇ ਪਿੱਛੇ ਭੱਜ ਜਾਵਾਂ ਤੁਹਾਡੀ ਬਾਡੀ ਨੇ ਕੈਮੀਕਲ ਹਾਰਮਨ ਸਟ्रेस ਹਾਰਮੋਨਸ ਰਿਲੀਜ਼ ਕੀਤੇ ਤੇ ਜਦੋਂ ਤੁਸੀਂ ਭੱਜੀ ਜਾਓਗੇ ਨਾ ਉਹ ਯੂਜ਼ ਹੋ ਜਾਣਗੇ ਉਹ ਬਰਨ ਹੋ ਜਾਣਗੇ ਬਿਕਾਜ਼ ਉਹਨਾਂ ਦਾ ਕੰਮ ਹੀ ਹੁੰਦਾ ਹੁਣ ਅਸੀਂ ਖੜੇ ਹਾਂ ਤੇ ਸਾਨੂੰ ਗੁੱਸਾ ਚੜ ਰਿਹਾ ਤੇ ਉਹ ਜਿਹੜੇ ਕੈਮੀਕਲਸ ਅੰਦਰ ਪ੍ਰੋਡਿਊਸ ਹੋ ਰਹੇ ਉਹਨਾਂ ਦਾ ਕੰਮ ਕੋਈ ਨਹੀਂ ਕਿਉਂਕਿਸੀਂ ਭੱਜ ਨਹੀਂ ਰਹੇ ਆਈ ਮੀਨ ਪਹਿਲਾਂ ਤਾਂ ਪਿਛਲੇ ਜਮਾਨਿਆਂ ਦੇ ਵਿੱਚ ਤਾਂ ਲੋਕੀ ਮੂਵਮੈਂਟ ਬਹੁਤ ਹੁੰਦੀ ਸੀ ਬਾਡੀ ਦੀ ਸੋ ਇਹ ਦੇਖਣਾ ਵੀ ਕਿਤੇ ਨਾ ਕਿਤੇ ਜਦੋਂ ਤੁਸੀਂ ਭਾਵਨਾਵਾਂ ਦੇ ਜਦੋਂ ਗੁੱਸਾ ਵੀ ਤੁਹਾਨੂੰ ਆਉਂਦਾ ਵਾ ਆਪ ਦੂਸਰਾ ਹਾਂਜੀ ਦੂਸਰਾ ਯੂ نو ਇਹ ਜਿਹੜਾ ਸੈਲਫ ਕੇਅਰ ਦੀ ਕਿਤੇ ਹੋਰ ਦਿਨ ਆਪਾਂ ਇੱਕ ਵੱਡਾ ਸੈਸ਼ਨ ਆਨ ਦਾ ਆਪ ਦੇ ਆਪ ਚ ਬਹੁਤ ਵੱਡਾ ਟਾਪਿਕ ਆ ਕਿ ਕਿਤੇ ਨਾ ਕਿਤੇ ਨਾ ਆਪ ਦੇ ਲਈ ਇੱਕ ਆਦਮੀ ਹੋਣ ਦੇ ਆਪ ਦੇ ਲਈ ਕੁਝ ਸੈਲਫ ਕੇਅਰ ਚੀਜ਼ਾਂ ਕਰੋ ਕਿਉਂਕਿ ਇਹ ਉਵੇਂ ਹੁੰਦਾ ਮਿਸਟਰ ਟਿੰਨ ਜਿਵੇਂ ਨਾ ਅਸੀਂ ਡਿਪੋਜ਼ਿਟ ਕਰਦੇ ਨਾ ਮਨੀ ਬੈਂਕ ਦੇ ਵਿੱਚ ਤੇ ਜੋ ਸਾਨੂੰ ਲੋਡ ਪੈਂਦੀ ਅਸੀਂ ਕੱਢ ਲੈਂਦੇ ਆ ਇਵੇਂ ਜਦੋਂ ਅਸੀਂ ਮਾਨਸਿਕ ਆਪਣੀ ਸਿਹਤ ਲਈ ਇੱਕ ਪੋਜ਼ਿਟਿਵ ਚੀਜ਼ਾਂ ਕਰਦੇ ਆਂ ਤੇ ਜਦੋਂ ਸਾਨੂੰ ਗੁੱਸਾ ਆਉਂਦਾ ਜਾਂ ਨਿੱਕੀਆਂ ਨਿੱਕੀਆਂ ਭਾਵਨਾਵਾਂ ਆਉਂਦੀਆਂ ਹੌਲੀ ਜਿਹੀ ਸਲਾਈਟ ਜੇ ਸਾਨੂੰ ਦੁੱਖ ਨਹੀਂ ਦੇ ਕੇ ਜਾਂਦੀਆਂ ਚੜੀਆਂ ਜਾਂਦੀਆਂ ਜਿਵੇਂ ਅਸੀਂ ਸਰੀਰ ਦਾ ਧਿਆਨ ਰੱਖਦੇ ਆਂ ਜਿਵੇਂ ਅਸੀਂ ਰੋਜ਼ ਚੰਗੀ ਡਾਈਟ ਖਾਈਏ ਤੇ ਮਾੜਾ ਮੋਟਾ ਕੋਈ ਜ਼ੁਕਾਮ ਆ ਜਾਵੇ ਤੇ ਚੁੱਪ ਕਰਕੇ ਚਲਿਆ ਜਾਂਦਾ ਕਿਉਂਕਿ ਤੁਸੀਂ ਬਾਡੀ ਤੁਹਾਡੀ ਹੈਲਥੀ ਆ ਸੋ ਕਿਤੇ ਨਾ ਕਿਤੇ ਆਪਦੇ ਮਾਨਸਿਕ ਸਿਹਤ ਦਾ ਇੱਕ ਜਿਵੇਂ ਆਪਾਂ ਅਫੇਅਰ ਵੀ ਗੱਲ ਕਰ ਰਹੇ ਸੀ 20 ਸੈਕਿੰਡ ਹਾਗ ਕਢਲ ਕਰੋ ਇਹਨੂੰ ਉਹ ਤੁਹਾਡੀ ਮਾਨਸਿਕਤਾ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਐਡ ਕਰਦੀ ਹੈ ਫਿਰ ਜਿਹੜੀਆਂ ਭਾਵਨਾਵਾਂ ਰੋਜ਼ਨਾਤੇ ਆਉਂਦੀਆਂ ਉਹ ਤੁਹਾਨੂੰ ਟੱਪਣੀਆਂ ਸੌਖੀਆਂ ਜਿਵੇਂ ਆਪਾਂ ਕਹਿ ਦਈਏ ਦੈਟਸ ਰਾਈਟ ਹੈ ਨਾ ਮੈਂ 20 ਸੈਕਿੰਡ ਦੀ ਹਗ ਰੋਜ਼ 20 ਸੈਕਿੰਡ ਦੀ ਹਗ ਤੁਸੀਂ ਆਪਣੇ ਬੱਚੇ ਨਾਲ ਕਰ ਸਕਦੇ ਹੋ ਤੁਸੀਂ ਆਪਣੇ ਰਿਸ਼ਤੇਦਾਰ ਨਾਲ ਕਰ ਸਕਦੇ ਹੋ ਦੋਸਤ ਨਾਲ ਕਰ ਸਕਦੇ ਹੋ ਆਪਣੇ ਹਸਬੰਡ ਵਾਈਫ ਨਾਲ ਕਰ ਸਕਦੇ ਹੋ ਬਟ ਹਿਊਮਨ ਟੂ ਹਿਊਮਨ ਜਿਸ ਨਾਲ ਵੀ ਕੋਸ਼ਿਸ਼ ਕਰੋ ਬਿਕਾਜ਼ ਇਹ ਜ਼ਰੂਰੀ ਹੈ ਕਿਉਂਕਿ ਇਕੱਲਾਪਨ ਸਾਡੇ ਤੋਂ ਸਾਨੂੰ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਬਾਕੀ ਆਪਦੇ ਯੂ نو ਆਪਦੇ ਫੂਡ ਦਾ ਆਪਦੇ ਅਨਕਸਰ ਜਿਹੜੇ ਆਦਮੀਆਂ ਨਾਲ ਮੈਂ ਗੱਲ ਕੰਮ ਕਰਦੀ ਹਾਂ ਤੇ ਆਦਮੀਆਂ ਸਾਡੇ ਕਲਚਰ ਚ ਸੈਲਫ ਕੇਅਰ ਬੜੀ ਪੂਰ ਆ ਅਸੀਂ ਆਪਣੇ ਲਈ ਯੂ نو ਕਿਵਰ ਆਦਮੀ ਆਪਣੇ ਆਪਣੇ ਲਈ ਧਿਆਨ ਨਹੀਂ ਦਿੰਦੇ ਐਂ ਆਪਣੇ ਲਈ ਧਿਆਨ ਲਈ ਇਹ ਨਹੀਂ ਕਿ ਤੁਸੀਂ ਕੋਤ ਬਹੁਤ ਵੱਡੀ ਚੀਜ਼ ਕਰਨੀ ਹੈ ਕੁਝ ਕੋਈ ਐਕਟੀਵਿਟੀ ਲੱਭੋ ਜਿਹੜੀ ਤੁਸੀਂ ਬਚਪਨ ਚ ਇੰਜੋਏ ਕਰਦੇ ਸੀ ਇਹਨੂੰ ਕੋਈ ਖੇਡ ਲੱਭੋ ਕਿਉਂਕਿ ਹਰ ਵੇਲੇ ਤੁਸੀਂ ਇੱਕ ਕਿਸੇ ਦੀ ਟੇਕ ਕੇਅਰ ਕਰਨੀ ਜਾਂ ਨਹੀਂ ਉਹ ਦਿਮਾਗ ਨੂੰ ਕਿਤੇ ਨਾ ਕਿਤੇ ਰਿਲੈਕਸੇਸ਼ਨ ਦੀ ਵੀ ਲੋੜ ਆ ਸੋ ਕੋਈ ਐਕਟੀਵਿਟੀ ਲੱਭੋ ਜਿਹੜੀ ਤੁਸੀਂ ਮੇ ਵੀ ਛੋਟੇ ਹੁੰਦੇ ਜਾਂ ਬਾਡਮਿੰਟਨ ਜਾਂ ਸੌਕਰ ਜਾਂ ਸਵੀਮਿੰਗ ਯੂ نو ਹਾਂ ਐਗਜ਼ੈਕਟਲੀ ਉਹ ਜਿੱਥੇ ਜਿਹੜੀ ਤੁਹਾਨੂੰ ਅੰਦਰੋਂ ਤੁਹਾਨੂੰ ਠੀਕ ਮਹਿਸੂਸ ਕਰਦੀ ਹੈ ਐਂਡ ਆਕਸਰ ਮੈਂ ਕਲਾਇੰਟਾਂ ਨੂੰ ਹਮੇਸ਼ਾ ਕਹਿੰਦੀ ਕਿ ਤੁਸੀਂ ਇੱਕ ਮ사ਜ ਥੈਰੇਪੀ ਲਓ ਬਿਕਾਜ਼ ਉਹ ਬੜੀ ਸੂਦੀਂਗ ਹੁੰਦੀ ਹੈ ਤੁਸੀਂ ਇਹ ਮਹਿਸੂਸ ਕਰਦੇ ਵੀ ਕੋਈ ਤੁਹਾਡੀ ਕੇਅਰ ਕਰ ਰਿਹਾ ਹੂੰ ਹੂੰ ਜੀ ਹਾਂ ਸੋ ਬਾਕੀ ਨੈਕਸਟ ਕੀ ਆਸਕ ਫॉर हेल्प ਮਦਦ ਮੰਗੋ ਐਂਡ ਇਹ ਬਹੁਤ ਆਦਮੀਆਂ ਦੇ ਵਿੱਚ ਇਹ ਬਹੁੜੀ ਚੀਜ਼ ਹੈ ਕਿ ਮੈਂ ਯੂ ਨੋ ਆਪਣੇ ਆਪ ਵੀ ਠੀਕ ਆਪਣੇ ਆਪ ਐਂਡ ਤੁਸੀਂ ਦੇਖੋ ਵੀ ਕਈ ਵਾਰ ਆਪਾਂ ਸਾਰਿਆਂ ਨੇ ਐਕਸਪੀਰੀਅੰਸ ਕੀਤਾ ਹੋਵੇ ਤੁਸੀਂ ਵੀ ਮੈਂ ਵੀ ਅਸੀਂ ਕਈ ਵਾਰ ਐ ਨਹੀਂ ਹੁੰਦਾ ਵੀ ਅਸੀਂ ਕਹਿੰਦੇ ਥੱਕ ਗਏ ਮੈਂ ਤਾਂ ਹਰ ਚੀਜ਼ ਟਰਾਈ ਕਰ ਲਈ ਇਹਦਾ ਮਤਲਬ ਹੈ ਵੀ ਉਹ ਜਿਹੜੀ ਚੀਜ਼ ਤੁਸੀਂ ਹੌ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਤੁਹਾਡੇ ਇਕੱਲੇ ਸੋਲਵ ਕਰਨ ਵਾਸਤੇ ਕਿਤੇ ਬਣੀ ਹੋਈ ਨਹੀਂ ਸੀ ਉਹ ਮਦਦ ਲੈਣ ਲਈ ਬਣੀ ਸੀ ਸੋ ਮਦਦ ਲਵੋ ਮਦਦ ਮੰਗੋ ਕਾਉਂਸਲਿੰਗ ਲੈ ਸਕੂ ਜੀ ਹਾਂ ਤੁਹਾਡੇ ਫੇਸਬੁੱਕ ਤੇ ਲੋਕ ਜਾਂ ਹਾਂਜੀ ਹਾਂਜੀ ਸਾਡਾ ਫੇਸਬੁੱਕ ਪੇਜ ਹੈਗਾ ਪਲਵਿੰਦਰ ਗਿੱਲ ਪੇਜ ਤੁਸੀਂ ਉੱਥੇ ਅਸੀਂ ਵੀਡੀਓਜ਼ ਵੀ ਸ਼ੇਅਰ ਕਰੀਦਾ ਆ ਵੀਡੀਓ ਵੀ ਉੱਥੇ ਜਾਊਗੀ ਤੇ ਤੁਸੀਂ ਉਹ ਵੇਖ ਸਕਦੇ ਹੋ ਹਾਂਜੀ ਥੈਂਕ ਯੂ ਮਿਸਟਰ ਦੇਨ ਪਲਵਿੰਦਰ ਗਿੱਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ